ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਓਪਨ ਪਲੋਟ ਪਲੇਟਫਾਰਮ ਪ੍ਰੋਗਰਾਮ ਲੈ ਕੇ ਜਸ ਪੰਜਾਬੀ ਚੈਨਲ ਤੇ ਦਰਸ਼ਕੋ ਮੈਂ ਹਾਜ਼ਰ ਹੁੰਦਾ ਤੁਹਾਡੇ ਰੂਬਰੂ ਟਿਊਜ਼ਡੇ ਵੈਨਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਦਰਸ਼ਕੋ ਮੈਨੂੰ ਉਨੀ ਉਮੀਦ ਆ ਜਿੰਨਾ ਤੁਸੀਂ ਪਿਆਰ ਬਾਕੀ ਸਾਰੇ ਜਸ ਪੰਜਾਬੀ ਚੈਨਲ ਤੇ ਪ੍ਰੋਗਰਾਮਾਂ ਨੂੰ ਦਿੰਦੇ ਹੋ ਉਨਾ ਪਿਆਰ ਮੈਨੂੰ ਵੀ ਦਿਓਗੇ ਇਸੇ ਹੀ ਆਸ ਨਾਲ ਅੱਜ ਮੈਂ ਦੇਖੋ ਤਾਜ਼ੀਆਂ ਖਬਰਾਂ ਬਹੁਤ ਕੁਛ ਵਾਪਰ ਗਿਆ ਆਪਾਂ ਗੱਲ ਕਰ ਸਕਦੇ ਹਾਂ ਕਰਾਂਗੇ ਵੀ ਅੱਗੇ ਆ ਕੇ ਪਰ ਜਿਹੜੀ ਮੈਂ ਕੱਲ ਰਾਤ ਤੋਂ ਜੋ ਹੈ ਮੈਂ ਇੱਕ ਸਟੱਡੀ ਕਰ ਰਿਹਾ ਸੀਗਾ ਇੱਕ ਡਿਬੇਟ ਦੇਖ ਰਿਹਾ ਸੀਗਾ ਔਰ ਖਾਸ ਕਰਕੇ ਉਹ ਡਿਬੇਟ ਹੋਈ ਵੀ ਗੂਗਲ ਦੇ ਉੱਤੇ ਇਹ ਦੋ ਚੀਜ਼ਾਂ ਦੀ ਚੇਅਰਮੈਨ ਆਫ ਐਸੋਸੀਏਸ਼ਨ ਆਫ ਕੰਸਲਟੈਂਟ ਆਫ ਓਵਰਸੀਜ਼ ਦੀ ਜਿਹੜੀ ਚੇਅਰਮੈਨ ਹੈਗੇ ਆ ਉਹਨਾਂ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਆ ਉਸ ਰਿਪੋਰਟ ਜਾਰੀ ਕੀਤੀ ਗਈ ਆ ਇਨ ਰਿਗਾਰਡਸ ਟੂ ਕਿ ਜਿਹੜੇ ਬੱਚੇ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਚਾਹੇ ਉਹ ਸਾਡੀਆਂ ਭੈਣਾਂ ਹੋਣ ਚਾਹੇ ਵੀਰ ਹੋਣ ਜਿਹੜਾ ਪ੍ਰਵਾਸ ਦਾ ਪ੍ਰਵਾਸ ਯਾਨੀ ਕਿ ਇੰਡੀਆ ਤੋਂ ਬਾਹਰ ਜਾਣ ਦਾ ਜਿਹੜਾ ਸ਼ੌਂਕ ਪੈਦਾ ਹੋ ਗਿਆ ਕਿ ਇੱਕ ਰਿਵਾਜ਼ ਤੁਰ ਗਿਆ ਤੁਰ ਪਿਆ ਹੋਇਆ ਤਾਂ ਤੁਸੀਂ ਉਸ ਚੀਜ਼ ਨੂੰ ਕਿੱਦਾਂ ਲੈਂਦੇ ਹੋ ਮੈਂ ਤੁਹਾਨੂੰ ਵੇਰਵੇ ਸਹਿਤ ਸਾਰੀਆਂ ਗੱਲਾਂ ਦੱਸੂੰਗਾ ਔਰ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇੱਕ ਇਸ ਪੁਆਇੰਟ 'ਤੇ ਕਿ ਆਉਣ ਵਾਲੇ 20-30 ਸਾਲਾਂ ਤੱਕ ਤੁਸੀਂ ਪੰਜਾਬ ਨੂੰ ਕਿੱਥੇ ਖੜ੍ਹਾ ਦੇਖਦੇ ਹੋ ਦਰਸ਼ਕੋ ਕਰੀਬ 1.5 ਲੱਖ ਬੰਦੇ 1.5 ਲੱਖ ਸਟੂਡੈਂਟ ਜਾਂ ਤੁਸੀਂ ਦੇਖ ਲਓ ਕਿ ਆਪਣੇ ਅਡਲਟ ਪਰਸਨੈਲਿਟੀਜ਼ 1.5 ਲੱਖ ਨਵੀਆਂ ਉਹ ਪ੍ਰਵਾਹ ਮੈਂ ਆਪਣੇ ਚੜ੍ਹਦੇ ਪੰਜਾਬ ਯਾਨੀ ਕਿ ਆਪਣੇ ਇੰਡੀਆ ਵਾਲੇ ਪੰਜਾਬ ਦੀ ਗੱਲ ਕਰ ਰਿਹਾ 1.5 ਲੱਖ ਬੰਦੇ ਜਾਂ ਸਟੂਡੈਂਟਸ ਦੇ ਰੂਪ ਦੇ ਵਿੱਚ ਜਾਂ ਉੱਦਾਂ ਕੋਈ ਪਟੀਸ਼ਨ ਦੇ ਰੂਪ ਦੇ ਵਿੱਚ ਉਹ ਪ੍ਰਵਾਸ ਕਰ ਜਾਂਦੇ ਆ ਹਰੇਕ ਸਾਲ ਕਰੀਬ 27,000 ਕਰੋੜ ਰੁਪਇਆ ਪੰਜਾਬ ਦਾ ਦਰਸ਼ਕੋ ਮੈਂ ਕੋਈ 1-2 ਕਰੋੜ ਨਹੀਂ 27,000 ਕਰੋੜ ਰੁਪਇਆ ਪੰਜਾਬ ਦਾ ਜਿਹੜਾ ਚਾਹੇ ਉਹ ਸਟੂਡੈਂਟਾਂ ਦੀ ਫੀਸ ਭਰਨੀ ਹੋਵੇ ਜਾਂ ਏਜੰਟਾਂ ਨੂੰ ਦੇਣਾ ਹੋਵੇ ਜਿਹੜਾ 60-70 ਲੱਖ ਰੁਪਇਆ ਲਾ ਕੇ ਆ ਰਿਹਾ ਜਾਂ ਫਿਰ ਅਕੋਮੋਡੇਸ਼ਨ ਦੇਣੀ ਹੋਵੇ ਬਾਹਰਲੇ ਬੰਨੇ ਕਿਸੇ ਵੀ ਕੰਟਰੀ 'ਚ ਆਪਦੇ ਬੱਚਿਆਂ ਨੂੰ 27,000 ਕਰੋੜ ਰੁਪਇਆ ਇੱਕ ਸਾਲ ਦਾ ਜੋ ਹੈ ਉਹ ਬਾਹਰਲੀ ਕੰਟਰੀਆਂ 'ਚ ਇਨਵੈਸਟ ਹੋ ਰਿਹਾ ਦੈਟ ਡਜ਼ਨ ਮੀਨ ਕਿ ਵਾਪਸ ਨਹੀਂ ਜਾ ਰਿਹਾ ਕੁਛ ਅੱਧ ਤੋਂ ਜ਼ਿਆਦਾ ਵਾਪਸ ਵੀ ਬੱਚੇ ਆ ਕੇ ਕਮਾਈ ਕਰਕੇ ਪਿੱਛੇ ਲਾਉਂਦੇ ਹੈ ਪਰ ਜਿਹੜਾ ਚਿੰਤਾ ਦਾ ਵਿਸ਼ਾ ਉਹ ਹੈ ਕਿ ਮਾਈਗ੍ਰੈਂਟ ਲੇਬਰ ਜਿਹੜੀ ਬਿਹਾਰ ਉੱਤਰਾਖੰਡ ਯੂਪੀ ਤੋਂ ਜਿਹੜੀ ਪੰਜਾਬ 'ਚ ਆਉਂਦੀ ਹੈ ਔਰ ਆਪਣੇ ਜਿਹੜੇ ਬੱਚੇ ਹੈਗੇ ਆ ਉਹ ਮਾਈਗ੍ਰੇਟ ਕਰਕੇ ਦੂਸਰੀਆਂ ਕੰਟਰੀਆਂ ਜਾ ਰਹੇ ਆ ਹਾਲਾਂਕਿ 75% 80% ਪੱਕੇ ਹੁੰਦੇ 20% ਵਿਚਾਰੇ ਥੋੜ੍ਹਾ ਟਾਈਮ ਲਾ ਕੇ ਪੱਕੇ ਹੁੰਦੇ ਆ ਉਹ ਬਾਅਦ ਦੀਆਂ ਗੱਲਾਂ ਨੇ ਗੱਲ ਇੱਥੇ ਆ ਜਾਂਦੀ ਹੈ ਕਿ ਵਾਟਰ ਲੈਵਲ ਜਿੱਦਾਂ ਕੱਲ੍ਹ ਪਰਸੋਂ ਵਾਲੇ ਪ੍ਰੋਗਰਾਮ 'ਚ ਆਪਾਂ ਕਰ ਰਹੇ ਸੀ ਕਿ ਖਾਸ ਕਰਕੇ ਦੁਆਬਾ ਬੈਲਟ 'ਚ ਤਾਂ ਪਾਣੀ ਬਹੁਤ ਥੱਲੇ ਚਲਾ ਗਿਆ ਹੁਣ ਦੋ ਗੱਲਾਂ ਰਲਦੀਆਂ ਇਹਦੇ ਨਾਲ ਇੱਕ ਕਿ ਜਿਹੜਾ ਪਾਣੀ ਦਾ ਲੈਵਲ ਥੱਲੇ ਜਾਣਾ ਦੂਸਰਾ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹ ਬਾਹਰਲੀ ਕੰਟਰੀਆਂ ਵੱਲ ਜ਼ਿਆਦਾ ਹੋਣਾ ਉਹ ਜਿਹੜੇ ਚੇਅਰਮੈਨ ਸਾਹਿਬ ਦੱਸਦੇ ਸੀਗੇ ਕਿ ਉਹਨਾਂ ਨੇ ਆਪਦੀ ਡਿਬੇਟ 'ਚ ਦੱਸਿਆ ਕਿ ਅੱਜ ਤੋਂ ਕੋਈ 22 ਸਾਲ ਪਹਿਲਾਂ ਜਦੋਂ ਉਹਨਾਂ ਨੇ ਇਹ ਜਿਹੜੀਆਂ ਇਹ ਡਿਪਾਰਟਮੈਂਟ ਜੁਆਇਨ ਕੀਤਾ ਤਾਂ ਉਦੋਂ ਸਿਰਫ ਅਪਰ ਮਿਡਲ ਕਲਾਸ ਜਾਂ ਅਪਰ ਹਾਇਰ ਕਲਾਸ ਦੇ ਬੱਚੇ ਹੀ ਬਾਹਰ ਜਾਣਾ ਪਸੰਦ ਕਰਦੇ ਸੀ ਉਹ ਇੰਡੀਆ 'ਚ ਨੌਕਰੀ ਨਹੀਂ ਕਰਨਾ ਚਾਹੁੰਦੇ ਸੀ ਜਾਂ ਪੜ੍ਹਨਾ ਨਹੀਂ ਚਾਹੁੰਦੇ ਸੀ ਪਰ ਹੁਣ ਹਾਲਾਤ ਇਹ ਹੋ ਗਏ ਕਿ ਈਵਨ ਲੋਅਰ ਲੈਵਲ ਤੋਂ ਉੱਠ ਕੇ ਵੀ ਕਰਜ਼ੇ ਚੱਕ ਕੇ ਵੀ ਜਿਹੜੇ ਪੇਰੈਂਟਸ ਆ ਜਾਂ ਬੱਚੇ ਆ ਉਹਨਾਂ ਦਾ ਹੈਗਾ ਕਿ ਜੇ 1-2 ਏਕੜ ਵੀ ਆ ਜਾਂ 4 ਏਕੜ ਵੀ ਆ ਉੱਤੇ ਚਾਹੇ ਆਪਾਂ ਨੂੰ ਲਿਮਿਟਾਂ ਚੱਕਣੀਆਂ ਪੈਣ ਉਹ ਚੱਕ ਕੇ ਵੀ ਬਾਹਰਲੀ ਕੰਟਰੀ ਦੇ ਵਿੱਚ ਐਡਜਸਟ ਹੋਣਾ ਕਿਸੇ ਨਾ ਕਿਸੇ ਤਰ੍ਹਾਂ ਚੰਗੀ ਗੱਲ ਹੈ ਆਪਦੇ ਚੰਗੇ ਭਵਿੱਖ ਲਈ ਹਰੇਕ ਕੋਈ ਫਿਕਰਮੰਦ ਹੁੰਦਾ ਆ ਔਰ ਚੇਂਜ ਇਜ਼ ਦਾ ਰੂਲ ਆਫ ਨੇਚਰ ਕਹਿੰਦੇ ਹੁੰਦੇ ਨਾ ਕਿ ਜਿਹੜਾ ਹੈਗਾ ਪਰਿਵਰਤਨ ਹੀ ਜਿਹੜਾ ਹੈਗਾ ਮਨੁੱਖ ਦੀ ਇੱਕ ਅਭਿਲਾਸ਼ਾ ਰਹਿੰਦੀ ਹੈ ਆਪਾਂ ਅੱਗੇ ਵੱਧਦੇ ਉਸ ਤੋਂ ਕਿ ਐਗਰੀਕਲਚਰ ਡਾਊਨ ਪਾਣੀ ਦਾ ਲੈਵਲ ਡਾਊਨ ਬੱਚੇ ਬਾਹਰ ਜਾ ਰਹੇ ਆ ਤੁਸੀਂ ਆਉਣ ਵਾਲੇ 20-30 ਸਾਲਾਂ ਤੱਕ ਪੰਜਾਬ ਬਾਰੇ ਕੀ ਸੋਚਦੇ ਆਪਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਫੋਨ ਕਰਕੇ ਦਰਸ਼ਕੋ ਦੂਜੀ ਗੱਲ ਇਹ ਹੈ ਕਿ ਆਪਾਂ ਇੱਕ ਸੰਯੁਕਤ ਇੰਡੀਆ ਦੀ ਗੱਲ ਕਰ ਰਹੇ ਹਾਂ ਪੂਰੇ ਇੰਡੀਆ ਦੀ ਕਿਉਂਕਿ ਆਪਾਂ ਅੱਛੇ ਭਾਰਤੀ ਹੋਣ ਦੇ ਨਾਤੇ ਆਪਾਂ ਨੂੰ ਇਹ ਹੈਗਾ ਕਿ ਸਾਰੇ ਪਾਸਿਆਂ ਦਾ ਫਿਕਰ ਕੀਤਾ ਜਾਵੇ ਜਿੱਦਾਂ ਮੈਂ ਹੁਣ ਅਗਲੇ ਸੈਗਮੈਂਟ 'ਤੇ ਜਿਹੜਾ ਅਗਲਾ ਚੀਜ਼ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬੜੇ ਵੇਰਵੇ ਨਾਲ ਜਾਊਂਗਾ ਮੈਂ ਉਸ ਚੀਜ਼ ਦੀ ਕਿ ਜਦੋਂ ਸਾਡੀ ਆਜ਼ਾਦੀ ਹੋਈ ਸੰਨ 1947 ਦੇ ਵਿੱਚ ਯਾਨੀ ਕਿ ਆਪਾਂ ਨੂੰ ਆਜ਼ਾਦੀ ਮਿਲੀ
पाकिस्तान तो खैर देश ही उदों बनिया सीगा, उन्होंने आज़ादी नहीं, उन्होंने इनवेंशन ही उदों हुई सीगी। उस टाइम सिर्फ कुछ हंड्रड्स यानी कुछ सैकड़े इंडस्ट्रीज सीगियां चढ़ते पंजाब दे विच, कुछ सैकड़े। फिर 50 ते 60s दे विच जो है बाहर आना शुरू हो गया, खास करके जिहड़ा साइकिल पार्ट्स ते आटो पार्ट्स बनन दी जिहड़ी इंडस्ट्री लगनी शुरू हो गई। उस तो बाद 60s 70s तो बाद जिहड़ी ग्रीन रेवोल्यूशन दा टाइम आया तां एग्रीकल्चर डिपार्टमेंट दे विच जो चीज़ां खेतीबाड़ी लई चाहीदियां हुंदियां आ, चाहे वह हल होण, तवियां होण, ट्राली होवे, कुछ भी होवे, उस चीज़ की इंडस्ट्री भी अपने पंजाब दे विच लगनी शुरू हो गई सीगी। और उस तो बाद अगे वध्या दर्शकों कि फिर जदों एरास 80s दा आया या उस तो कुछ पहला स्पोर्ट्स इंडस्ट्री जिहड़ी जलंधर शहर दे विच काफ़ी वध गई सी, फिर हुण अपना लुधियाना सिटी लै लीए जिहड़ा कि एक जिहनूं मैनचेस्टर ऑफ इंडिया कहा जांदा सीगा, जिद्दां कि मैनचेस्टर जिहड़ा बिजनेस हब आ इंग्लैंड दी, उद्दां ही बिजनेस हब लुधियाना कहा जांदा जिहदे विच हौजरी ते होलसेल दा कई काफ़ी वड्डा वड्डा समान जिहड़ा बनता सी, खास करके होजरी ते साइकिल पार्ट्स भी लुधियाने दे विच साइकिल भी बनाए जांदे सीगे। और उस तो बाद दर्शको आपां वधदे आं कि मंडी गोबिंदगढ़ नूं एक स्टील हब कहा जांदा सीगा, उह स्टील इंडस्ट्री काफ़ी जिहड़ी पैर पसार चुकी सीगी। उस तो बाद बटाले दे विच कटलरी दा समान जिहड़ा बनता हैगा उह, ते मेरा क्वेश्चन है कि जदों ये 90s दा इरा आया, चाहे आपां नूं उहो बैड टाइम गिण लईए पंजाब दे या पूरे इंडिया दे मत्थे ते कलंक लगा कि एक आतंकवाद दा दौर आया, बहुत कुछ गवाया, कल्ले पंजाब ने नहीं पूरे हिंदुस्तान ने बहुत कुछ गवाया उस इरा दे विच, पर उस तो बाद जदों चीज़ां नॉर्मल भी हुई तां भी जिहड़ी इंडस्ट्री है उहने हौली हौली पैर खिसकाउणे शुरू कर दित्ते पंजाब तों। दर्शको सन 2000 तो लैके अज 2021 च बैठे हाँ, 36% जिहड़ी 36% इंडस्ट्री आ जिहड़ी उह रीलोकेट कर गई है, पंजाब चों बंद कर गई है। इहदा की कारण हो सकदा है? उहदे दो कारण हो सकदे आ, एक तां जिहड़ी गौरमेंट आ सेंट्रल गौरमेंट वल्लों जिहड़ा स्पैशल फंड आउंदा आ पंजाब गौरमेंट नूं या हरेक स्टेट दी गौरमेंट नूं एक स्पैशल फंड आउंदा आ जिहदे बेस ते कुछ जिहड़ी आ उस स्टेट दी गौरमेंट सबसिडी दिंदी है उस बिजनेसमैन नूं कि असीं तैनूं इन्ना, चाहे वह बिजली दे बिल दे विच सबसिडी देवे, चाहे वह लेबर लॉ दे विच कुछ उन्हां नूं कुशन देवे तां कि वह उत्थे एग्जिस्ट कर सकण, या फिर सेल या होर किसी तरह का टैक्स जिहड़ा आ थोड़ा माफ़ किया जाए तां कि उन्हूं बिजनेसमैन नूं लगे कि मेरे कोल इस टाइम इत्थे सिक्योरिटी है और मैं इहदे विच चार पैसे कमा भी सकदा ते इंप्लॉयमेंट भी दे सकदा आ इत्थों दी जिहड़ी आले दुआले दे जिहड़े पिंडां दे लोग आ अपनी नौकरी भी कर सकदे। उहदे विच दो कारण रहे, आपां इक मन लैंदे आ कि एक बुरा वक्त आया सीगा पर उह चला गया। उस तो बाद रीलोकेशन जिहड़ी बिजनेसां दी होणी है, फॉर एग्जाम्पल वैसट बंगाल तो टाटा इंडस्ट्रीज़ ने यह ऐलान कर दिता सी, उस टाइम सरदार प्रकाश सिंह बादल की वजारत सीगी, सरकार सीगी पंजाब दे विच, गल 2000 तुसी ला लो जी 8 या 9 दी है। उस वक्त सब तो पहला लाइन दे विच सरदार उस वक्त दे डिप्टी मुख्यमंत्री पंजाब सरदार सुखबीर सिंह बादल पहली लाइन दे विच सीगे टाटा कंपनीज़ कोल टेंडर देण नूं कि तुसी जिहड़ी इंडस्ट्री वैसट बंगाल तो उठा के तुसी पंजाब चलाओ। पर कुछ वक्त बीतिया, उन्हां कोल होर टेंडर आए, उस वक्त जो चीज़ां उन्हां नूं चाहीदियां सीगियां वो पंजाब गौरमेंट देण तों ये नहीं कह सकते कि वह मना कर गए, ये कि असमर्थ दिखाई दिती उस टाइम दे गुजरात दे मुख्यमंत्री ते अज दे प्रधानमंत्री माननीय नरेंद्र मोदी जी ने हर चीज़ वह गुजरात दे विच प्रोवाइड कराई, उन्होंने बहुत वड्डा फील्ड लाइन उन्होंने दिता, हर चीज़ प्रोवाइड कराई, तो वह जिहड़ी टाटा इंडस्ट्री आ जिन उस टाइम वह नैनो कार का काफ़ी रिवाज सीगा, तो वह उन्होंने बहुत वड्डी इंडस्ट्री जिहड़ी है वह गुजरात दे विच लाई। अगेन क्वेश्चन यह है कि आपां हर वेले तो इनकैपेबल नहीं हुंदे गे, हर वेले तो यह नहीं हो कह सकते कि असी आ चीज़ां देने तो असमर्थ हैं या आ चीज़ां देने तो असमर्थ हैं। दर्शको मैं फिर तुहानू उही याद दवाना है कि कितने ना कितने फेलियर्स रहे होणगे, या लोकल गौरमेंट्स दे या लोकल्स उन्हां बिजनेसमैना दे कोई इशू रहे होणगे जिहड़ा उह रीलोकेशन वल वधे, पर इस टाइम जिहड़ा 36% इंडस्ट्री का घट जाना
और उन्होंने रीलोकेट करके खास करके वाजपेयी सरकार दे टाइम एक स्पैशल पैकेज हिमाचल सरकार नूं दिता गया सी। तो जिन्ना भी एरिया साडे पंजाब दा हिमाचल नाल लगदा वो चंडीगढ़ नाल होवे पटियाले वाली साइड होवे उत्थों जिहड़े छोटे फैक्टरी मालिक सीगे वो उठा उठा के उन्हां नूं सिर्फ रीलोकेशन का ही खर्चा पिया हिमाचल गवर्नमेंट ने उन्हां नूं बहुत तकड़ा पैकेज दिता तो उत्थों चक के कुछ किलोमीटर दूर एक स्टेट तो दूजी स्टेट चल के उन्होंने वो फैक्ट्रियां ला लईआं। जे आ 36% उस टाइम तो लैके हुण दे घट गया हैगा तो तुसीं 20 या 30 सालों तक पंजाब नूं कित्थे खड़ा मनदे हो तुसीं आपदे विचार जरूर प्रगट करियो। एक तो एक जिहड़ा प्रवास हो रहा पंजाब दे विच आपां मानदे हां कि काफले वड्डे हो रहे ने परिवार वड्डे हो रहे ने जरूरतां वध रहीआं ने जमीनां घट रहीआं ने पर उत्ते सेम टाइम आपां नूं इह कि जिहड़ी गुरुआं पीरां दी धरती पंजाब है जे इसे तरह चालू रहा तो 20-30 सालों तक सिचुएशन उस पंजाब की पिक्चर की होगी। एक तो ये देखियो तो दूसरा जिहड़ा इंडस्ट्री नूं कट लग रहा है दर्शको मैं आपां नैगेटिव पॉइंट ते नहीं गल कर रहे आपां पॉजिटिव पॉइंट ते गल कर रहे हैं कि जदों सरदार प्रकाश सिंह बादल दी वजारत सी उन्हां दी सरकार सी उन्होंने किसानों नू भी सबसिडीज बहुत दित्तियां और हो सकदा छोटे बिजनेसमैनों नू भी दित्तियां पर वड्डे बिजनेसमैनों नू भी काफ़ी कुछ दिता पर कुछ अग्रीमेंट इदां दे हो गए खास करके जे तुसीं गूगल करके देख लो जिहड़ा पावरकॉम दा अग्रीमेंट होया वड्डे कारपोरेट्स नाल ਉਹ ਇਸ ਟਾਈਮ ਚਿੱਟੇ ਹਾਥੀ ਸਾਬਿਤ ਹੋ ਰਿਹਾ ਆ ਹੁਣ ਵਾਲੀ ਗੌਰਮੈਂਟ ਲਈ ਅਤੇ ਆਉਣ ਵਾਲੀ ਕਿਉਂਕਿ ਉਹ ਪੂਰੀ ਲਾਈਫ ਲਈ ਅਗਰੀਮੈਂਟ ਹੋਇਆ ਜੇ ਤੋੜੇ ਨਾ ਗਏ ਤਾਂ ਕਿਉਂ ਕਿਉਂਕਿ ਚਾਹੇ ਉਹਨਾਂ ਦੀ ਬਿਜਲੀ ਬਣੇ ਜਾਂ ਉਹਨਾਂ ਦੀ ਖਪਤ ਹੋਵੇ ਨਾ ਹੋਵੇ ਪੰਜਾਬ ਗੌਰਮੈਂਟ ਕੁਛ ਕਰੋੜ ਰੁਪਇਆ ਅੱਡ ਅੱਡ ਸੈਕਟਰਸ ਨੂੰ ਅੱਡ ਅੱਡ ਪਾਵਰਕਾਮ ਦੀਆਂ ਕੰਪਨੀਆਂ ਨੂੰ ਉਹਨਾਂ ਨੂੰ ਦਿੱਤਾ ਹੀ ਜਾਊਗਾ ਸਿਰਫ ਤਾਂ ਸਿਰਫ ਇਹ ਕਹਿ ਕੇ ਕਿ ਤੁਸੀਂ ਇੱਥੇ ਟਿਕੇ ਰਹੋ ਦਰਸ਼ਕੋ ਇਹ ਐਗਰੀਮੈਂਟ ਕਿਸੇ ਪ੍ਰੈਸ਼ਰ ਦੇ ਥੱਲੇ ਬਣਾਏ ਵੀ ਜਾ ਸਕਦੇ ਅਤੇ ਢਾਏ ਵੀ ਜਾ ਸਕਦੇ ਆ ਸਿਰਫ ਤਾਂ ਸਿਰਫ ਵਿਲ ਪਾਵਰ ਦੀ ਜ਼ਰੂਰਤ ਹੁੰਦੀ ਆ। ਅੱਗੇ ਆਪਾਂ ਵੱਧਦੇ ਹਾਂ ਦਰਸ਼ਕੋ ਕਿ ਜੇ ਆਪਾਂ ਪਾਵਰਕਾਮ ਨੂੰ ਲਿਆ ਸਕਦੇ ਹਾਂ ਕੁਛ ਕਿ ਆਪਾਂ ਕੁਛ ਵੱਡੀਆਂ ਮੁਨਾਫੇਦਾਰ ਇੰਡਸਟਰੀਜ਼ ਪੰਜਾਬ 'ਚ ਕਿਉਂ ਨਹੀਂ ਲਿਆ ਸਕਦੇ ਜੇ ਇੰਨਾ ਪੈਸਾ ਉਹਨਾਂ ਨੂੰ ਸਬਸਿਡੀਜ਼ ਦੇਣੀਆਂ ਹੀ ਹੈ ਜੇ ਇੰਨਾ ਕੁਛ ਉਹਨਾਂ ਨੂੰ ਦੇਣਾ ਹੀ ਹੈ ਤਾਂ ਆਪਾਂ ਕੋਈ ਮੁਨਾਫੇਦਾਰ ਇੰਡਸਟਰੀ ਪੰਜਾਬ 'ਚ ਲੈ ਕੇ ਆਈਏ ਤਾਂ ਕਿ ਇੰਪਲੋਇਮੈਂਟ ਵੀ ਵਧੇ ਸਰਕਾਰ ਨੂੰ ਉਹਦਾ ਇਨਕਮ ਟੈਕਸ ਵੀ ਆਵੇ ਅਤੇ ਜਿਹੜਾ ਹੈਗਾ ਰੈਵਨਿਊ ਵੀ ਵਧੇ ਅਤੇ ਆਲੇ ਦੁਆਲੇ ਲੋਕਾਂ ਨੂੰ ਜਿਹੜਾ ਨੌਕਰੀ ਵੀ ਕਰਨ ਦਾ ਮੌਕਾ ਮਿਲੇ। ਅਤੇ ਦੋ ਗੱਲਾਂ ਫਿਰ ਮੈਂ ਤੁਹਾਡੇ ਚਾਹੂੰਗਾ ਕਿ ਤੁਸੀਂ ਫੋਨ ਕਰਕੇ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ। ਇੱਕ ਨੰਬਰ 1 ਕਿ ਜਿਹੜਾ ਪ੍ਰਵਾਸ ਹੋ ਰਿਹਾ ਔਰ 27,000 ਕਰੋੜ ਦਾ ਜਿਹੜਾ ਕਰੀਬ ਕਰੀਬ ਜਿਹੜੇ ਫਿਗਰਸ ਆ ਰਹੇ ਹੈ ਕਿ ਉਹ ਪੰਜਾਬ ਦਾ ਪੈਸਾ ਬਾਹਰਲੀ ਕੰਟਰੀ 'ਚ ਇਨਵੈਸਟ ਹੋ ਰਿਹਾ ਕੁਛ ਬੈਕ ਜਾ ਰਿਹਾ ਕੁਛ ਨਹੀਂ ਜਾ ਰਿਹਾ। ਅਤੇ ਦੂਸਰਾ ਜਿਹੜਾ ਦਰਸ਼ਕੋ ਆਹ ਜਿਹੜੀ ਇੰਡਸਟਰੀ ਦਾ ਇਸ ਟਾਈਮ ਔਰ ਇਹ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਵੱਲੋਂ ਵੀ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਪਿਛਲੇ ਸਾਲ ਔਰ ਜਦੋਂ ਮੁੰਬਈ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਵੀ ਫਿਕਰਮੰਦ ਹਾਂ ਕਿ ਆਉਣ ਵਾਲੇ ਟਾਈਮ 'ਚ ਅਸੀਂ ਜਿਹੜਾ ਪੰਜਾਬ ਹੈ ਖਾਸ ਕਰਕੇ ਅੱਜ ਤੋਂ 20 ਜਾਂ 30 ਸਾਲਾਂ ਬਾਅਦ ਆਪਾਂ ਕਿੱਥੇ ਖੜ੍ਹੇ ਹੋਵਾਂਗੇ ਇਹਨਾਂ ਦੋਨਾਂ ਪੁਆਇੰਟਾਂ 'ਤੇ। ਦਰਸ਼ਕੋ ਤੁਸੀਂ ਸਾਡੇ ਨਾਲ ਇੱਦਾਂ ਹੀ ਬਣੇ ਰਹੋ ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਗੁਰਲਾਲ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਫਿਰ ਹਾਜ਼ਰ ਤੁਹਾਡੇ ਰੂਬਰੂ ਮੰਡੇ ਟਿਊਜ਼ਡੇ ਵੈਂਸਡੇ ਥਰਸਡੇ ਜਸ ਪੰਜਾਬੀ ਚੈਨਲ 'ਤੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਯਾਨੀ ਕਿ ਸਾਡੇ ਕੈਲੀਫੋਰਨੀਆ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਮੈਂ ਤੁਹਾਡੇ ਨਾਲ ਫਿਰ ਗੱਲ ਸਾਂਝੀ ਕਰਾਂ ਕਿ ਜਿਹੜੀ ਸਟੱਡੀਜ਼ ਹੋਈਆਂ ਆ ਔਰ ਇੱਕ ਸੈਮੀਨਾਰ ਵੀ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ ਥੋੜ੍ਹੇ ਦਿਨ ਹੋਏ ਕਿ ਜਿੰਨੀ ਵੀ ਇੰਡਸਟਰੀ ਸਾਡੇ ਕੋਲ ਸੀਗੀ 1947 ਵੰਡ ਤੋਂ ਬਾਅਦ ਉਸ ਤੋਂ ਲੈ ਕੇ ਉਸ ਤੋਂ ਬਾਅਦ ਉਹ ਕਾਫੀ ਹੱਦ ਤੱਕ ਵਧੀ 60s ਦੇ ਵਿੱਚ ਟੂਲ ਇੰਡਸਟਰੀ ਬਟਾਲੇ ਦੇ ਵਿੱਚ ਸਟੀਲ ਇੰਡਸਟਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਸਪੋਰਟਸ ਇੰਡਸਟਰੀ ਜੋ ਹੈ ਜਲੰਧਰ ਦੇ ਵਿੱਚ ਅਤੇ ਹੌਜ਼ਰੀ ਦੀ ਇੰਡਸਟਰੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਉਦੋਂ ਬਾਅਦ ਕ੍ਰਿਸ਼ੀ ਦੇ ਜਿਹੜੇ ਖੇਤੀਬਾੜੀ 'ਚ ਕੰਮ ਆਉਣ ਵਾਲੇ ਜਿਹੜੇ ਉਪਕਰਨ ਆ ਉਹਨਾਂ ਦੀ ਇੰਡਸਟਰੀ ਜਿਹੜੀ ਵਧੀਆ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਗ੍ਰੀਨ ਰੈਵੋਲਿਊਸ਼ਨ ਆਉਣ ਤੋਂ ਬਾਅਦ ਇੱਕ ਤਾਂ ਵੱਡਾ ਕਿ ਉਹ ਕੁਛ ਬੁਰਾ ਟਾਈਮ ਆਇਆ ਉਹ ਲੋਅ ਹੋਇਆ ਅਤੇ ਦੂਸਰਾ ਕਿ ਉਸ ਤੋਂ ਬਾਅਦ ਵੀ ਲਗਾਤਾਰ ਇੰਡਸਟਰੀਆਂ ਰੀਲੋਕੇਟ ਹੋ ਰਹੀਆਂ ਜਾਂ ਬੰਦ ਹੋ ਰਹੀਆਂ ਆ 36% ਜਿਹੜੀ ਇੰਡਸਟਰੀ ਉਹ ਹੈ ਨਹੀਂ ਜਿਹੜੀ ਉਸ ਟਾਈਮ 'ਤੇ ਸੀਗੀ ਅਤੇ ਜੇ ਇਸੇ ਤਰ੍ਹਾਂ ਰੀਲੋਕੇਸ਼ਨ ਦਾ ਸਿਲਸਿਲਾ ਜਾਰੀ ਰਿਹਾ ਤਾਂ ਆਉਣ ਵਾਲੇ 20-30 ਸਾਲਾਂ ਤੱਕ ਕੀ ਬਣੂਗਾ। ਔਰ ਦੂਸਰਾ ਮੈਂ ਗੱਲ ਕਰ ਰਿਹਾ ਸੀ ਜਿਹੜਾ ਪ੍ਰਵਾਸ ਆਫਕੋਰਸ ਜਿਹੜੇ ਆ ਨਾ
परिवर्तन ही प्रकृति का नियम है। एक बहुत वड्डी कहावत बहुत पुरानी है, मानते हैं कि आप अपने परिवारों को चंगी भविख देने लिए आप एक तो दूजी थां ते जाने हैं, पर फिर भी गुरुओं पीरां दी धरती जे इसे तरह अपना प्रवास जारी रहा तो 20-30 सालों तक तुसी अपने पंजाब नूं कित्थे खड़ा देखदे हो। और खास करके जिहड़े आपां कह दिंदे आ कि आपां कई वार आपां कहिंदे असीं पंजाबी हुंदे आ, पर साढ़े ते जी उह बिहार वाले आ गए, यूपी वाले आ गए, भाई अगले आपदी रोजी रोटी नूं आउंदे और काम भी करदे आ, जे कोई खराबी करदा तां आपदे कीते दी सज़ा पाउंदा आ। दर्शको ਉਹ ਕਿੰਨਾ ਚਿਰ ਬੈਠੇ ਰਹਿਣਗੇ ਜੇ ਆਪਣਾ ਪਾਣੀ ਦਾ ਲੈਵਲ ਇੰਨਾ ਹੀ ਥੱਲੇ ਚਲਾ ਗਿਆ, ਆਪਣੇ ਜਿਹੜੀਆਂ ਖਾਦਾਂ ਪਾ ਪਾ ਕੇ ਜ਼ਮੀਨ ਦੀ ਜਿਹੜੀ ਐਸੀ ਤੈਸੀ ਐਸਟਮ ਹੋ ਰਹੀ ਹੈ ਕਿ ਉਹ ਮਿੱਟੀ ਉਸ ਬਰਾਬਰ ਨਹੀਂ ਗਈ ਕਿ ਉਹਨਾਂ ਉਪਜਾਊ, ਆਪਾਂ ਨੂੰ ਉੱਪਰੋਂ ਹੋਰ ਪਤਾ ਨਹੀਂ ਕੀ ਕੁਛ ਪਾਉਣਾ ਪੈ ਰਿਹਾ ਉਹਨੂੰ ਹੋਰ ਉਪਜਾਊ ਬਣਾਉਣ ਲਈ ਅਤੇ ਬਰਾਬਰ ਦੀ ਫਸਲ ਕੱਢਣ ਲਈ। ਇਹ ਸਿਲਸਿਲਾ ਕਿੰਨਾ ਕੁ ਚਿਰ ਜਾਰੀ ਰਹੂਗਾ, ਜਦੋਂ ਆਹ ਵੀ ਚੀਜ਼ ਹੁਣ ਹਟ ਗਈ ਤਾਂ ਫਿਰ ਉਹ ਵੀ ਕਿੰਨਾ ਕੁ ਚਿਰ ਰਹਿਣਗੇ। ਖਾਸ ਕਰਕੇ ਇੱਕ ਇਸ਼ੂ ਹੋਰ ਦਰਸ਼ਕੋ ਆਇਆ ਸੀਗਾ ਕਿ ਇਸੇ ਸੈਮੀਨਾਰ 'ਚ ਕਿ ਲੋਕ ਆਪਣੇ ਬੱਚਿਆਂ ਨੂੰ ਅਤੇ ਆਪ ਬਾਹਰ ਜਾ ਰਹੇ ਕਿਉਂਕਿ ਪੰਜਾਬ ਦੇ ਵਿੱਚ ਡਰੱਗਸ ਦਾ ਬੜਾ ਬੋਲਬਾਲਾ ਹੈ। ਆਪਾਂ ਅਰਦਾਸ ਕਰਦੇ ਹਾਂ ਕਿ ਅੱਗੇ ਨਾਲੋਂ ਘਟਿਆ ਹੋਊਗਾ, ਆਪਾਂ ਅਰਦਾਸ ਕਰਦੇ ਹਾਂ ਕਿ ਕਿਸੇ ਦਾ ਬੱਚਾ ਕਦੇ ਕੋਈ ਇਸ ਰਾਹ 'ਤੇ ਨਾ ਪਵੇ। ਔਰ ਜਿਹੜਾ ਇਹ ਬੰਦੇ ਕੰਮ ਕਰਦੇ ਆ ਮੇਕ ਸ਼ੋਰ ਕਿ ਉਹਨਾਂ ਨੂੰ ਸਜ਼ਾ ਕੜੀ ਤੋਂ ਕੜੀ ਮਿਲੇ। ਪਰ ਚਲੋ ਆਪਾਂ ਬਾਹਰਲੀਆਂ ਕੰਟਰੀਆਂ 'ਚ ਬੱਚੇ ਸੈੱਟ ਕਰ ਦਾਂਗੇ, ਆਪ ਉੱਥੇ ਟਾਈਮ ਪਾਸ ਕਰ ਲਾਂਗੇ, ਪਰ ਹਰ ਬੰਦਾ ਅੱਜ ਸੂਝਵਾਨ ਹੈ, ਸਾਰੇ ਸਿਆਣੇ ਸਿਰ ਅੱਜ ਕੱਲ੍ਹ ਤੁਰੇ ਫਿਰਦੇ ਆ। ਤੁਸੀਂ ਇਹ ਦੇਖੋ ਕਿ ਜੇ ਉਹ ਬਾਹਰਲੇ ਬੰਦੇ ਆ ਕੇ ਆਪਣੇ ਅੱਛਾ ਯੂਪੀ ਬਿਹਾਰ ਝਾਰਖੰਡ ਜਿੱਥੋਂ ਵੀ ਆ ਕੇ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਵਿੱਚ IAS ਆਫਿਸਰ ਲਵਾ ਸਕਦੇ ਆ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਹੁਣ ਗਾਂ ਉਹਨਾਂ ਦੀ ਜਨਰੇਸ਼ਨ ਪਨੀਰੀ ਜੇ ਇਸੇ ਤਰ੍ਹਾਂ ਡਰੱਗ ਚੱਲਦਾ ਰਹੂ, ਕਿ ਉਹਨਾਂ ਲਈ ਇਹ ਥਾਂ ਸੇਫ ਹੈ, ਕਿ ਉਹ ਮਾਈਗ੍ਰੇਟ ਨਾ ਕਰਨਗੇ ਉੱਥੋਂ। ਸੋਚਣ ਵਾਲੀ ਗੱਲ ਇਹ ਕਿ ਜੋ ਹਵਾ ਚੱਲ ਰਹੀ ਹੈ, ਔਰ ਖਾਸ ਕਰਕੇ ਜਿਹੜਾ 27,000 ਕਰੋੜ ਦਾ ਫਿਗਰ ਆਇਆ ਹੈ, ਬਹੁਤ ਫਿਕਰਮੰਦ ਹੈ ਕਿ ਆਪਾਂ ਉੱਥੇ ਰਹਿ ਕੇ ਇੱਕ ਸੱਭਿਅ ਸਮਾਜ ਕਿੱਦਾਂ ਸਿਰਜਣਾ ਆ ਅਤੇ ਕਿੱਦਾਂ ਪੰਜਾਬ ਨੂੰ ਆਪਣੀ ਜਿਹੜੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਉਹਨੂੰ ਖੁਸ਼ਹਾਲ ਬਣਾ ਕੇ ਅੱਗੇ ਕਿੱਦਾਂ ਵਧਣਾ। ਤੁਸੀਂ ਇਹਨਾਂ ਦੋਨਾਂ ਪੁਆਇੰਟਾਂ 'ਤੇ ਸਾਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ ਜਦੋਂ ਤੁਹਾਨੂੰ ਫੀਲ ਲੱਗੇ ਸਾਡੇ ਹੇਠ ਲਿਖੇ ਨੰਬਰਾਂ 'ਤੇ। ਦਰਸ਼ਕੋ ਅਗੇਨ ਇਸੇ ਚੀਜ਼ ਨਾਲ ਜੁੜੀ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ ਕਿ ਪਿਛਲੇ 3 ਦਿਨ 2 ਜਾਂ 3 ਦਿਨ ਪਿੱਛੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਸੇ ਨੇ ਬੜੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਕਿ ਚਿਹਰਟਾ ਰੋਡ 'ਤੇ ਕੋਈ ਆਪਣੇ ਮੁਸਲਮਾਨ ਭਰਾਵਾਂ ਦੀ ਮਸਜਿਦ ਸੀ, ਉਹ ਆਪਦਾ ਜਿਹੜੀ ਪਵਿੱਤਰ ਨਮਾਜ਼ ਅਦਾ ਕਰ ਰਹੇ ਸੀ ਤਾਂ ਕਿਸੇ ਨੇ ਪੈਟਰੋਲ ਬੰਬ ਗੇਟ 'ਤੇ ਸਿੱਟਿਆ। ਕਾਫੀ ਤਨਾਤਨੀ ਪੂਰੀ ਸ਼ਹਿਰ ਦੇ ਵਿੱਚ ਹੋਈ। ਕੁਛ ਲੋਕ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜ ਰਹੇ ਆ, ਕੁਛ ਲੋਕ ਆਤੰਕਵਾਦ ਨਾਲ ਜੋੜ ਰਹੇ ਆ। ਲੋਕਲ ਪੁਲਿਸ ਜਿਹੜੀ ਹੈ ਉਹਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ, ਪੂਰੇ ਸ਼ਹਿਰ ਦੇ ਵਿੱਚ ਘੇਰਾਬੰਦੀ ਵੀ ਕੀਤੀ ਗਈ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ। ਔਰ ਲੋਕ ਬੜੇ ਸਿਆਣੇ ਸੀਗੇ, ਉਹਨਾਂ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਇੱਕ ਦੂਜੇ ਨੂੰ ਗੱਲ ਲਾਇਆ, ਉਹਨਾਂ ਨੇ ਕਦੇ ਇੱਕ ਦੂਜੇ 'ਤੇ ਸ਼ੱਕ ਨਹੀਂ ਕੀਤਾ ਕਿ ਫਲਾਨੇ ਭਾਈਚਾਰੇ ਨੇ ਇੱਦਾਂ ਕੀਤਾ, ਇੱਦਾਂ ਕੀਤਾ, ਇੱਦਾਂ ਕੀਤਾ। ਦਰਸ਼ਕੋ ਆਹ ਚੀਜ਼ਾਂ ਐਡਅਪ ਸਮਾਜ ਦੇ ਵਿੱਚ ਉਦੋਂ ਹੁੰਦੀਆਂ ਨੇ ਜਦੋਂ ਡਰੱਗਸ ਦਾ ਬੋਲਬਾਲਾ ਹੋਵੇ, ਜਦੋਂ ਨਸ਼ੇ ਪੱਤੇ ਦਾ ਬੋਲਬਾਲਾ ਹੋਵੇ। ਕੋਈ ਵੀ ਕਿਸੇ ਨੂੰ ਜੇ ਅੱਬਲਤਾ ਜਦੋਂ ਇਹ ਖਾਧੀ ਪੀਤੀ ਜੀ ਇੱਦਾਂ ਦੀ ਗੱਲਾਂ 'ਚ ਕੋਈ ਬੱਚਾ ਗਲਤੀ ਕਰਦਾ ਆ ਤਾਂ ਉਹਨੂੰ ਤਾਂ ਸਮਝਾਇਆ ਜਾ ਸਕਦਾ, ਪਰ ਜਦੋਂ ਖਾਧੀ ਪੀਤੀ 'ਚ ਬੱਚਾ ਆਪ ਗਲਤੀ ਨਾ ਵੀ ਕਰੇ ਪਰ ਉਹ ਤੋਂ ਕਰਵਾਈ ਜਾ ਸਕਦੀ ਆ ਬੜੇ ਈਜ਼ੀ ਵੇ ਨਾਲ, ਬੜੇ ਹੀ ਸੁਚੱਜੇ ਢੰਗ ਨਾਲ ਅਗਲੇ ਨੂੰ ਸਮਝਾ ਕੇ ਲਾਲਚ ਦੇ ਕੇ ਆਹ ਚੀਜ਼ਾਂ ਕਰਵਾਈਆਂ ਜਾ ਸਕਦੀਆਂ ਨੇ। ਉਸ ਤੋਂ ਬਾਅਦ ਦਰਸ਼ਕੋ ਕਿ ਘੇਰਾਬੰਦੀ ਦਾ ਹਾਲੇ ਤਾਂ ਕਿਸੇ ਦੀ ਗ੍ਰਿਫਤਾਰੀ ਦੀ ਨਹੀਂ ਹੈ, ਪਰ ਸੁੱਖ ਸਾਂਦ ਰਹੀ ਪੂਰੇ ਸਿਟੀ ਦੇ ਵਿੱਚ, ਕੋਈ ਇੱਦਾਂ ਦੀ ਕੋਈ ਗੱਲ ਨਹੀਂ ਆਈ। ਅਗੇਨ ਆਪਾਂ ਅੱਗੇ ਵਧਦੇ, ਦੱਸੋ ਕਿ ਇੱਕ ਇੰਡੀਆ ਦੇ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਹੈ, ਇੱਕ ਇੰਡੀਆ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ, ਖਾਸ ਕਰਕੇ ਜਦੋਂ ਦੀ ਆ ਕਰੋਨਾ ਵੈਕਸੀਨ ਆਈ ਹੋਈ ਆ, ਜਦੋਂ ਦੀ ਆ ਕਰੋਨਾ ਵੈਕਸੀਨ ਆਈ ਹੋਈ ਆ, ਇਹਦੀ ਵੈਕਸੀਨ ਦੇ ਵਿੱਚ ਆਫਕੋਰਸ ਥੋੜ੍ਹੀ ਹਲੇ ਘਾਟ ਚੱਲ ਰਹੀ ਆ। ਪਹਿਲਾਂ ਉਹਨਾਂ ਨੇ ਜਿਹੜੇ ਹੈਗੇ ਆ ਹੈਲਥ ਵਰਕਰਸ ਨੂੰ ਦਿੱਤੀਆਂ, ਫਿਰ ਉਹਨਾਂ ਨੇ ਜਿਹੜੇ ਆਪਣੇ ਆਹ ਜਿਹੜੇ ਸਾਡੇ ਸਿਕਿਉਰਿਟੀ ਪਰਸਨੈਲਸ ਹੈਗੀਆਂ ਨੇ, ਚਾਹੇ ਉਹ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਨੇ, ਉਹਨਾਂ ਨੂੰ ਦਿੱਤਾ, ਹੁਣ ਉਹ ਸਫਾਈ ਵਰਕਰਸ ਨੂੰ ਦੇਣਗੇ। ਉਦੋਂ ਬਾਅਦ ਮੈਂ ਕਿਹਾ 60-65 ਸਾਲਾਂ ਦੇ ਉੱਪਰ ਜਾਣ ਨੂੰ ਹੌਲੀ ਹੌਲੀ ਉਪਲਬਧ ਹੋਊਗੀ, ਪਰ ਲੋਕਾਂ ਦੇ ਫੋਨ ਦੇ ਉੱਤੇ ਇੱਕ ਮੈਸੇਜ ਆ ਰਿਹਾ, ਲੋਕਾਂ ਨੂੰ ਫੋਨ ਵੀ ਆ ਰਹੇ ਨੇ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ, ਇੰਨੇ ਪੈਸੇ ਦਿਓ ਤਾਂ ਅਸੀਂ ਤੁਹਾਡਾ ਵੈਕਸੀਨ ਦਾ ਟੀਕਾ ਲਵਾ ਦਿੰਦੇ ਹਾਂ। ਹੈਲਥ ਡਿਪਾਰਟਮੈਂਟ ਆਫ ਇੰਡੀਆ ਐਂਡ ਸਪੈਸ਼ਲੀ ਹੈਲਥ ਡਿਪਾਰਟਮੈਂਟ ਆਫ ਪੰਜਾਬ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਇੱਦਾਂ ਕਿਸੇ ਏਜੰਸੀ ਨੂੰ ਕੋਈ ਠੇਕਾ ਨਹੀਂ ਦਿੱਤਾ ਜਾ ਰਿਹਾ। ਸਰਕਾਰ ਖੁਦ ਜਾਂ ਤੁਹਾਡਾ ਲੋਕਲ ਜਿਹੜਾ CMO ਹੋਊਗਾ, ਚੀਫ ਮੈਡੀਕਲ ਆਫਿਸਰ,
जिले का होगा या फिर वो थले काम करने वाले तहसीलों के जोड़े मैडिकल ऑफिसर्स होंगे वह लोकल हस्पता जाके इस चीज़ की स्टार्टिंग करेंगे दोस्तों कि वह दसणगे भी कौन आऊगा तो कौन पहला लवाऊगा। इस करके प्लीज़ आपके फोन का ध्यान रखो, आपके फोन के उत्ते इस ऑब्जरवेशन ला के रखो कि कौन तुम्हें फोन कर रहा, तो किसी भी एजेंसी नू किसी बंदे नू आपका क्रैडिट कार्ड बिल्कुल ना दो क्योंकि वो एक फ्राड इंडिया दे विच चल रहा है। आपका ख्याल भी रखना उस टाइम च। दर्शकों अगे वधदे हां आपां, किसानां दी जिहड़ी आपां गल कर रहे हैं कि पिछले दो तीन दिनों एक हवा चल रही सी, एक 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 रूमर्स जिहड़ा ना उड़ाया जा रहा है कि गिनती घट रही है। जदों किसान जथेबंदियां नूं जिहड़े आगू ने उन्हां नाल गल कीती गई मीडिया हाउसिस वल्लों, कहिंदे कि यस कुछ घट रही है क्योंकि कणकां कई स्टेटां से कणकां पक्कणियां होईयां आईयां होईयां ने। खास करके जे कोई किसान मध्य प्रदेश चो आया है तो उत्थे कणक ऑलमोस्ट वाढ़ी दे नेड़े है, तो पंजाब दे विच भी जिहड़ा फाइनल स्प्रे हुंदी है या फाइनल टचअप हुंदा है कणक दे उत्ते वो नेड़े है, पर यह रणनीति का पार्ट है। इहदा मतलब यह नहीं है कि असी सारे दे सारे उठ के बैक आ जाएंगे यार बहुत वड्डी गिणती दे विच बॉर्डर खाली हो रहे, नहीं। नंबर वन ये गलत अफवाहां ने क्योंकि आपका टीचा पूरा करके ही वापस मुड़ना है कि विदाउट किसी नूं माड़ा चंगा कह किसी सरकार दे बंदे ते परसनल अटैक किए बगैर कोई शांति भंग किए बगैर आप तीन कानून रद्द कराने ने या कोई विचला रस्ता लैके आना तो MSP की गरंटी लेनी है। अफवाहां दे विच बिल्कुल नहीं आना क्योंकि खास करके पंजाब दे विच जे देखिए तो कमेटियां पिंड बन चुकिया ने कि 10 बंदे जाते तो 10 वापस आ रहे ने। उसको अगे वादा मैं तुहानू एक गल याद करा दिना कि आ जिहड़े दो तीन दिनों उत्थे जिहड़ी घटी आ किसानां दी जिहड़ी टोटल गिनती जिहड़ी आ उह घटी है, वह इस करके घटी है क्योंकि बसंत पंचमी का जो है बसंत पंचमी का एक त्यौहार भी सी, ते जो भी किसी की भावना आपां हर्ट नहीं रद्द नहीं करते गए जिहड़े साहे निकले सीगे खास करके एक स्पैशल भाईचारे विच वो पिछले दो तीन दिनों के बहुत काफ़ी हैवी साहे सीगे जिहदे विच वैडिंग्स रखी है जिहदे कि विआह रखे जाते तो वह भी काफ़ी तौर खास करके नॉर्थ इंडिया खास करके यूपी हरियाणा राजस्थान के वल चाहिए तो वह काफ़ी विआहां का जोर भी चल रहा इस करके इस चीज़ का। आप जिहड़े क्वेश्चन पॉइंटां ते गल कर रहे सी दर्शकों आप उत्ते बड़े रहने तुसीं आपका फोन करके साडे विचार नाल विचार सांझे कर सकते हो। आपां रुकदे हां एक छोटी जी ब्रेक तो बाद, बने रहो इस तरह जस पंजाबी ते। सत श्री अकाल, आदाब, नमस्कार। मैं फिर गुरलाल तुहाडा हाजिर ओपन प्लेटफॉर्म प्रोग्राम लैके। दर्शकों ब्रेक तो बाद ते आपां गल कर रहे सीगे कि आपां गल कर रहे सी कि जिहड़ा प्रवास हो रहा हैगा इत्थों इंडिया तो खास करके चढ़दे पंजाब तो, ते जिहड़ी मैं फिगर्स तुहानूं दित्तियां सी 27,000 करोड़ रुपए का जिहड़ा फिगर्स आईया कि वह वेस्ट जा रहा या वेस्ट तो नहीं कह सकते इनवैसट हो रहा है पर पंजाब की मनी बाहर जाके लग रही है, तो पिछे जिहड़े हालात ने चाहे ड्रग्स का करके ने या कोई भी हो रहा कि परिवार वड्डे हो रहे ने इंप्लॉयमेंट्स चाहिए ने उत्थे है नहीं गिया, पर जे इस तरह जारी रहा तो अपने 20-30 साल तक की हालात होणगे। अपने नाल फोन लाइन ते पन्नू साहब जुड़ गए, उन्हां दे विचार लैंदे आ।40% कणक है जेड़े बफर स्टॉक दे विच सेंट्रल पूल नूं भेजदे ने। हां जी, उस स्टेट दे जेड़ी तुसी गल कीती आ कि लोग बाहर जा रहे ने, पानी दा पद्धर थले जा रहा है, पानी च दी क्वालिटी थले जा रही है, इंडस्ट्री तबाह हो रही है, ये सारे हालात बहुत चेतावनी भरे ने। मैनू पंजाब पिंडां च 20 साल मौका मिलिया घूमन फिरन दा, किसानां दे नाल गल्लां बातां करन दा, पंजाब एग्रीकल्चर यूनिवर्सिटी दे विच हुंदिया बहुत नेड़ियों घूम फिर के पंजाब नूं देखिया। उस वेले पंजाब नूं जिहड़ा काला दौर सी अतवाद दा उहदा भी सेक लग्गिया जिहदा करके खास करके लुधियाने शहर चों जिहड़ा लुधियाना शहर जिहनूं आपां मैनचेस्टर ऑफ इंडिया कहते हैं उत्थों कुछ इंडस्ट्री
मूव कर गई अंबाले वालों, खास करके सिलाई मशीन की इंडस्ट्री, साइकिल इंडस्ट्री, हौजरी इंडस्ट्री, वूलन इंडस्ट्री जी, 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 जी। उस दे नाल नाल ये भी होया कि नाल दा जिहड़ा महा पंजाब दे विचों जिहड़ा पहाड़ा वाले बन्ने हिमाचल प्रदेश सी, उहदे च सेंटर गवर्नमेंट ने कुछ उहनूं इंडस्ट्री वास्ते सहूलतां देतियां ते कुछ लुधियाणे की इंडस्ट्री हिमाचल दे बॉर्डर ते नंगल डैम दे लागे छाके शहरां दे विच, जिवें बद्दी शहर है जिथे इंडो फार्म ट्रैक्टर है जां लुधियाणे दी फालकन इंडस्ट्री हैंड टूल्स दी सीगी, उह वी उधर नूं इंडस्ट्रियां मूव कर गईआं। इस दा वी पंजाब नूं घाटा पिया। पंजाब दीआं पुराणीआं इंडस्ट्रियां बटाले दी, फगवाड़े दी जिहड़ी टोका इंडस्ट्री जिहनूं असीं मैनुअल चैफ कटर कहिंदे आ, टोका सी, जां गोबिंदगढ़ दी सरिए दी गाडरां दी टीआर दी इंडस्ट्री, उहनां नूं वी धक्का लग्गिआ। और पंजाब दी सूरत काफ़ी बदली है और पंजाब नूं बहुत वड्डा घाटा पिया है। और सब तो वड्डा घाटा हुण जिहड़ा तुसीं माइग्रेशन दा जिक्र कीता उस च जरूर पिया है, इह पंजाब वास्ते बहुत चिंता दा विशा है। ਪੰਨੂ ਸਾਹਿਬ, ਜੇ ਆਪਾਂ ਓਵਰਆਲ ਲਈਏ, ਓਵਰਆਲ ਕੀ ਕੁਐਸਚਨ ਖੜਾ ਹੋ ਜਾਂਦਾ ਕਿ ਆਪਾਂ ਪੈਸੇ ਲਾ ਕੇ, ਆਪਾਂ ਕਾਫੀ ਵੱਡੀ ਇਨਵੈਸਟਮੈਂਟ ਕਰਕੇ ਜੋ ਹੈ ਆਪਾਂ ਬੱਚੇ ਬਾਹਰ ਭੇਜ ਰਹੇ ਹਾਂ, ਫੈਮਲੀਸ ਬਾਹਰ ਭੇਜ ਰਹੇ ਹਾਂ, ਠੀਕ ਹੈ, ਉਹਦਾ ਰਿਟਰਨ ਆਵੇ ਨਾ ਆਵੇ, ਪਰ ਜੇ ਬੱਚੇ ਜਾਂ ਫੈਮਲੀਸ ਬਾਹਰਲੀ ਕੰਟਰੀ ਸੈੱਟ ਹੋ ਜਾਂਦੀਆਂ ਨੇ, ਜਿਹੜਾ ਕਿ ਬਹੁਤ ਵੱਡਾ ਚਾਂਸਿਸ ਹੁੰਦਾ, ਮੇਰੇ ਖਿਆਲ ਨਹੀਂ ਕੋਈ ਵਾਪਸ ਗਿਆ ਹੋਊਗਾ, ਜੇ 1-2% ਕੋਈ ਵਾਪਸ ਗਿਆ ਤਾਂ ਉਹ ਆਪਦੇ ਰਿਸਕ 'ਤੇ ਗਿਆ ਹੋਊਗਾ। ਪਰ ਜੇ ਰੁਝਾਨ ਇੱਦਾਂ ਹੀ ਚਾਲੂ ਰਿਹਾ ਇੱਦਾਂ ਹੀ, ਤਾਂ ਫਿਰ ਕੁਐਸਚਨ ਖੜਾ ਹੋ ਜਾਂਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਮਾਈਗ੍ਰੈਂਟਸ ਜਿਹੜੇ ਆਏ ਹੋਏ ਨੇ ਯੂਪੀ, ਬਿਹਾਰ, ਝਾਰਖੰਡ 'ਚ ਮਜ਼ਦੂਰੀ ਕਰਨ ਵਾਲੇ, ਉਹਨਾਂ ਕੋਲ ਚਲਾ ਜੂਗਾ। ਪਰ ਮੇਰਾ ਕੁਐਸਚਨ ਇਹ ਆ, ਜਿਹੜੀ ਕਿ ਮੈਂ ਇੱਕ ਸੈਮੀਨਾਰ 'ਚ ਦੇਖ ਰਿਹਾ ਸੀ ਵੀ ਜੇ ਡਰੱਗਸ ਦਾ ਜਿਹੜਾ ਇਸ਼ੂਜ਼ ਆ ਪੰਜਾਬ ਦੇ ਵਿੱਚ, ਅਤੇ ਜੇ ਜਿਹੜਾ ਪਾਣੀ ਥੱਲੇ ਜਾ ਰਿਹਾ ਆ ਜਿਹੜਾ ਟਿਊਬਵੈਲਸ ਦਾ, ਅਤੇ ਜੇ ਜਿਹੜੀ ਉਪਜਾਊ ਮਿੱਟੀ ਨੂੰ ਪਤਾ ਨਹੀਂ ਕੀ ਹੋਰ ਚੀਜ਼ਾਂ ਪਾ ਕੇ ਆਪਾਂ ਹੋਰ ਪੈਦਾਵਾਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਐਟ ਦੀ ਐਂਡ ਆਫ ਦਾ ਡੇ ਜ਼ਮੀਨ ਵੀ ਤਾਂ ਜਵਾਬ ਦੇ ਜੂਗੀ, ਪਾਣੀ ਥੱਲੇ ਚਲਾ ਜੂਗਾ, ਡਰੱਗਸ ਦੇ ਜੇ ਹੋਰ ਚੱਕਰ ਵੱਧ ਗਿਆ ਤਾਂ ਕੀ ਉਹ ਬੰਦੇ ਪੰਜਾਬ 'ਚ ਟਿਕੇ ਰਹਿਣਗੇ, ਅਤੇ ਉਸ ਤੋਂ ਬਾਅਦ ਦੀ ਪਿਕਚਰ ਕੀ ਹੋਊਗੀ? ਇਹ ਪਿਕਚਰ ਬਣੀ ਜੀ, ਤੁਸੀਂ ਪੰਜਾਬ 'ਚ ਸੁਣਿਆ ਹੋਣਾ ਜਿਸ ਤਰ੍ਹਾਂ ਸੈਂਟਰਲ ਡਿਸਟ੍ਰਿਕਟ, ਖਾਸ ਕਰਕੇ ਲੁਧਿਆਣਾ, ਮੋਗਾ, ਬਰਨਾਲਾ ਦੇ ਵਿੱਚੋਂ ਵਾਟਰ ਟੇਬਲ ਥੱਲੇ ਚਲਾ ਗਿਆ, ਤੇ ਕਹਿੰਦੇ ਸੀਗੇ ਵੀ ਬੜੀ ਛੇਤੀ ਪੰਜਾਬ ਰਾਜਸਥਾਨ ਬਣ ਜਾਏਗਾ, ਬੜੀ ਜਲਦ ਰੇਗਿਸਤਾਨ ਬਣ ਜਾਏਗਾ। ਇਹ ਗੱਲਾਂ ਆਮ ਪੰਜਾਬੀਆਂ ਦੇ ਮੂੰਹਾਂ 'ਚੋਂ ਸੁਣੀਆਂ ਗਈਆਂ ਨੇ, ਔਰ ਕੋਈ ਐਸਾ ਡਿਪਾਰਟਮੈਂਟ ਨਹੀਂ, ਕੋਈ ਐਸਾ ਸੈਗਮੈਂਟ ਨਹੀਂ ਜਿੱਥੇ ਸਾਨੂੰ ਘਾਟਾ ਨਹੀਂ ਪਿਆ। ਜੇ ਅਸੀਂ ਪੰਜਾਬ ਦੀ ਜ਼ਮੀਨ ਦੀ ਗੱਲ ਕਰੀਏ, ਉਹਦਾ ਇਹ ਹਾਲ ਹੈ ਵੀ ਜੇ ਇੱਕ ਮੱਝ 25 ਸੂਏ ਲਗਾਤਾਰ ਦੇ ਦੇਗੀ ਤਾਂ ਉਸ ਮੱਝ ਦੀ ਕੀ ਹਾਲਤ ਹੋਏਗੀ? ਇਹ ਪੰਜਾਬ ਦੀ ਧਰਤੀ ਦੀ, ਧਰਤ ਮਾਂ ਦੀ, ਇਹ ਸੋਇਲ ਹੈਲਥ ਦੀ ਇਹ ਕੰਡੀਸ਼ਨਾਂ ਨੇ ਪੰਜਾਬ ਦੀਆਂ। ਔਰ ਹਰ ਇੱਕ ਡਿਪਾਰਟਮੈਂਟ 'ਚੋਂ ਇਰੋਜ਼ਨ ਅਤੇ ਇਰੋਡ ਹੋਇਆ ਨਜ਼ਰ ਆਉਂਦਾ ਹੈ। ਜਦੋਂ ਅਸੀਂ ਡਾਟਾ ਵੇਖਦੇ ਹਾਂ, ਜਿਵੇਂ ਤੁਹਾਨੂੰ ਪਤਾ ਬਠਿੰਡੇ ਏਰੀਏ ਨੂੰ, ਮਾਲਵੇ ਏਰੀਏ ਨੂੰ ਕੈਂਸਰ ਬੈਲਟ ਕਿਹਾ ਜਾਂਦਾ, ਜਿੱਥੇ ਅਸੀਂ ਕਿ ਇਹਨੂੰ ਵਾਈਟ ਗੋਲਡ ਬੈਲਟ, ਚਿੱਟਾ ਸੋਨਾ, ਕਪਾਹ ਨਰਮੇ ਵਾਲਾ ਕਹਿੰਦੇ ਸੀ, ਅੱਜ ਕੱਲ੍ਹ ਉਹਨੂੰ ਕੈਂਸਰ ਬੈਲਟ ਦੇ ਨਾਂ 'ਤੇ ਸੰਬੋਧਨ ਕੀਤਾ ਜਾ ਰਿਹਾ। ਤਾਂ ਹਾਲਾਤ ਤਾਂ ਬੜੇ ਮਾੜੇ ਨੇ। ਡੈਮੋਗ੍ਰਾਫਿਕ ਜਿਹੜਾ ਜਨਸੰਖਿਆ ਦਾ ਜਿਹੜਾ ਵੀ ਸਕਿਊਨੈਸ ਹੈ ਜਾਂ ਬਦਲਾਵ ਆ ਰਿਹਾ ਵਾ, ਉਹ ਵੀ ਸਪਸ਼ਟ ਨਜ਼ਰ ਆਉਂਦਾ ਵਾ। ਪੰਨੂ ਸਾਹਿਬ, ਦੂਜੀ ਗੱਲ ਜੇ ਇੰਡਸਟਰੀ ਦੀ ਕਰੀਏ ਤਾਂ ਇੱਕ ਮੈਂ ਐਗਜ਼ਾਮਪਲ ਹੁਣੀ ਦੇ ਕੇ ਹਟਿਆ ਕਿ ਲੋਕਲ ਗੌਰਮੈਂਟਸ, ਆਪਾਂ ਹੁਣ ਕਿਸੇ ਨੂੰ ਪਿੰਨਪੁਆਇੰਟ ਨਹੀਂ ਕਰ ਰਹੇ ਕਿ ਕਾਂਗਰਸੀ ਆ, ਅਕਾਲੀ ਆ, ਬੀਜੇਪੀ। ਅੱਜ ਤੋਂ ਕੁਛ ਸਾਲ ਪਹਿਲਾਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਉਦੋਂ ਵੈਸਟ ਬੰਗਾਲ ਤੋਂ ਟਾਟਾ ਇੰਡਸਟਰੀਜ਼ ਵਾਲਿਆਂ ਨੇ ਕਿਹਾ ਸੀ ਕਿ ਸਾਡੇ ਲਈ ਹਾਲਾਤ ਵੈਸਟ ਬੰਗਾਲ 'ਚ ਕੋਈ ਜ਼ਿਆਦਾ ਠੀਕ ਹੈ ਨਹੀਂ, ਅਸੀਂ ਇੱਥੋਂ ਮੂਵ ਕਰਨਾ ਚਾਹੁੰਦੇ। ਤਾਂ ਸਾਰ ਤੋਂ ਫਸਟ ਲਾਈਨ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਖੜ੍ਹੇ ਸੀ, ਟੈਂਡਰ ਵੀ ਸ਼ਾਇਦ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਵੀ ਉਹਨਾਂ ਦੇ ਹਿਸਾਬ ਨਾਲ ਜੋ ਚੀਜ਼ਾਂ, ਜੋ ਮਟੀਰੀਅਲ, ਜੋ ਉਹਨਾਂ ਨੂੰ ਚਾਹੀਦਾ ਸੀ ਐਟਮੋਸਫੇਅਰ, ਉਹ ਨਹੀਂ ਦੇ ਸਕੇ। ਉਸ ਟਾਈਮ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਚੀਜ਼ਾਂ ਸਾਰੀਆਂ ਪ੍ਰੋਵਾਈਡ ਕੀਤੀਆਂ। ਮੈਂ ਗੱਲ ਕਰ ਰਿਹਾ ਜਦੋਂ ਨੈਨੋ ਕਾਰ ਆਈ ਸੀ ਨਵੀਂ, ਉਹ ਗੁਜਰਾਤ ਮੂਵ ਕਰ ਗਏ ਸੀ। ਕੀ ਇਹ ਫਾਈਨੈਂਸ਼ੀਅਲ ਇਸ਼ੂ ਆ ਪੰਜਾਬ ਗੌਰਮੈਂਟ ਮੋਹਰੇ, ਜਾਂ ਫਿਰ ਕੋਈ ਹੋਰ ਇਸ਼ੂ ਆ ਜਾਂਦਾ ਕਿ ਇਹਦੇ ਵਿੱਚ ਵੋਟ ਬੈਂਕ ਵੰਡਿਆ ਜਾਊਗਾ, ਕਿ ਡਿਫਰੈਂਟ ਤਰ੍ਹਾਂ ਦੇ ਲੋਕ ਇੱਥੇ ਆ ਜਾਣਗੇ, ਉਹ ਵੀ ਕੋਈ ਚੱਕਰ ਹੋ ਸਕਦਾ? ਦੇਖੋ ਜੀ, ਕਿਸੇ ਵੀ ਇਸ ਬੰਦੇ ਨੇ ਇਨਵੈਸਟਮੈਂਟ ਕਰਨੀ ਆ, ਕਿਸੇ ਏਰੀਆ ਦੇ ਵਿੱਚ ਵੀ ਕਰਨੀ ਆ, ਉੱਥੋਂ ਦੀ ਗੌਰਮੈਂਟ ਦੇ ਸਹਿਯੋਗ ਤੋਂ ਬਿਨਾਂ, ਗੌਰਮੈਂਟ ਦੇ ਇਨਸੈਂਟਿਵਸ ਤੋਂ ਬਿਨਾਂ, ਕੋਈ ਵੀ ਇਨਵੈਸਟਰ ਹੈ ਜਿਹੜਾ ਇੰਡਸਟਰੀ ਲਾਉਣ ਲਈ
ਤਿਆਰ ਨਹੀਂ ਹੋਏਗਾ ਜਦੋਂ ਤੱਕ ਉਹਨੂੰ ਉੱਥੋਂ ਕੁਛ ਐਡਵਾਂਟੇਜ ਕੁਛ ਪ੍ਰੋਫਿਟ ਨਜ਼ਰ ਨਾ ਆਵੇ। ਜਿੱਦਾਂ ਹੁਣ ਪੰਜਾਬ 'ਚ ਬਿਜਲੀ ਬੜੀ ਮਹਿੰਗੀ ਹੈ ਜੀ, ਔਰ ਪੰਜਾਬ ਦਾ ਜਿਹੜਾ ਗੌਰਮੈਂਟ ਦਾ ਮਲਾਪੜਾਪਨ ਹੈ ਜਾਂ ਕਿਸ ਤਰ੍ਹਾਂ ਇਹ ਇੰਡਸਟਰੀ ਲੋਕਾਂ ਨੂੰ ਇੰਡਸਟਰੀਅਲਿਸਟ ਨੂੰ ਲਿਆਉਂਦੇ ਨੇ ਉੱਥੇ, ਉਹ ਉਹਨਾਂ ਦੀ ਸੈਗਮੈਂਟ ਤੋਂ ਉਹਨਾਂ ਦੇ ਵਿਚਾਰ ਵਿਵਹਾਰ ਤੋਂ ਲੋਕ ਖੁਦ ਤਜਰਬਾ ਕਰਦੇ ਨੇ ਔਰ ਤਾਂ ਹੀ ਉੱਥੇ ਆਉਣਗੇ। ਇਹ ਇਸ਼ੂ ਹੈਗੇ ਨੇ ਜਿਵੇਂ ਬਿਜਲੀ ਪੰਜਾਬ 'ਚ ਮਹਿੰਗੀ ਆ, ਪੰਜਾਬ ਦਾ ਜਿਹੜਾ ਗੌਰਮੈਂਟ ਦਾ ਵਤੀਰਾ ਹੈ ਜਾਂ ਕਿੰਨੇ ਕੁ ਇਹ ਇਫੈਕਟਿਵ ਨੇ ਲੋਕਾਂ ਨੂੰ ਇੰਡਸਟਰੀ ਲਿਆਉਣ ਲਈ। ਜਿੱਦਾਂ ਆਪਣੇ ਤੁਸੀਂ ਇੱਕ ਬੈਸਟ ਐਗਜ਼ਾਮਪਲ ਹੈ NRI ਭਰਾ, ਬਹੁਤ ਸਾਰੇ ਆਪਣੀ ਮਾਂ ਧਰਤ ਮਾਤਾ 'ਤੇ ਇੰਡਸਟਰੀ ਲਾਉਣਾ ਚਾਹੁਣਗੇ, ਪਰ ਕਿੰਨੇ ਕੁ ਖੁੱਲ੍ਹੇ ਹੱਥਾਂ ਨਾਲ ਪੰਜਾਬ ਗੌਰਮੈਂਟ ਸਵਾਗਤ ਕਰਦੀ ਆ, ਭਾਵੇਂ ਉਹ ਕਾਂਗਰਸ ਗੌਰਮੈਂਟ ਸੀ ਭਾਵੇਂ ਅਕਾਲੀ ਗੌਰਮੈਂਟ ਸੀ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਔਰ ਉਹਦੇ ਜੋ ਰਿਜ਼ਲਟ ਆ ਰਹੇ ਆ, ਕੋਈ ਨਾ ਕੋਈ ਵਜ੍ਹਾ ਤਾਂ ਹੈ, ਕੋਈ ਨਾ ਕੋਈ ਕਾਰਨ ਤਾਂ ਹੈ ਜਿਹਦੇ ਕਰਕੇ ਇਹ ਇਸ ਗੱਲ ਨੂੰ ਬਾਹਰੀ ਤਰੱਕੀ ਨਹੀਂ ਹੋ ਪਾ ਰਹੀ। ਪੰਨੂ ਸਾਹਿਬ, ਇੱਕ ਮੈਂ ਲਾਸਟ ਕੁਐਸਚਨ ਤੁਹਾਨੂੰ, ਇੱਕ ਇੱਕ ਮੇਰਾ ਵਿਚਾਰ ਆ, ਤੁਸੀਂ ਉੱਤੇ ਆਪਦਾ ਵਿਚਾਰ ਪ੍ਰਗਟ ਕਰ ਸਕਦੇ ਹੋ ਕਿ ਇੱਕ ਮੈਂ ਐਸੇ ਵੈਬੀਨਾਰ ਦੇ ਵਿੱਚ ਹੀ ਦੇਖ ਰਿਹਾ ਸੀਗਾ ਕਿ ਇੱਕ ਇੰਡਸਟਰੀਅਲਿਸਟ ਨੇ ਕਿਹਾ ਕਿ ਅਸੀਂ ਬਾਹਰਲੀ ਸਟੇਟਾਂ ਸਾਡੀਆਂ ਬ੍ਰਾਂਚਸ ਹੈਗੀਆਂ, ਪਰ ਜਦੋਂ ਅਸੀਂ ਲੋਕਲ ਮਿਨਿਸਟਰਸ ਨੂੰ ਮਿਲਣਾ ਹੁੰਦਾ ਆ, ਲੋਕਲ ਬਾਡੀ ਮਿਨਿਸਟਰ ਹੋਵੇ ਜਾਂ ਚੀਫ ਮਿਨਿਸਟਰ ਤੱਕ ਵੀ ਜੇ ਅਸੀਂ ਅਪਰੋਚ ਕਰੀਏ ਤਾਂ ਸਾਨੂੰ ਮਿਲ ਜਾਂਦੇ ਨੇ। ਪੰਜਾਬ 'ਚ ਇਸ਼ੂ ਹੈ ਕਿ ਕੁਛ ਆਤੰਕਵਾਦ ਦਾ ਦੌਰ ਨਿਕਲਿਆ ਕਰਕੇ ਹਰ ਮਿਨਿਸਟਰ ਜਿਹੜਾ ਹੈ ਨਾ ਉਹ ਘਿਰਿਆ ਰਹਿੰਦਾ ਆ ਹਰ ਪਾਸੇ, ਹਰ ਤਰ੍ਹਾਂ ਦੀ ਸਿਕਿਉਰਿਟੀ ਨਾ ਉਹ ਛੇਤੀ ਕਿਤੇ ਕਿਸੇ ਨੂੰ ਮਿਲਦੇ ਨਹੀਂ, ਅਤੇ ਸਾਡੇ ਜਿਹੜੇ ਲੋਕਲ ਇਸ਼ੂਜ਼ ਆ, ਲੋਕਲ ਐਡਮਿਨਿਸਟ੍ਰੇਸ਼ਨ ਆ, ਉਹ ਅਸੀਂ ਉਹਨਾਂ ਨਾਲ ਡਿਸਕਸ ਨਹੀਂ ਕਰ ਸਕਦੇ, ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਬਿਲਕੁਲ, ਇਸ ਗੱਲ ਦਾ ਗਵਾਹੀ ਉੱਥੋਂ ਮਿਲਦੀ ਹੈ ਕਿ ਪੰਜਾਬ ਪੁਲਿਸ ਦਾ ਬਹੁਤ ਵੱਡਾ ਅਮਲਾ ਵਾ ਜਿਹੜਾ, ਹਾਂਜੀ, ਉਹ ਇਸ ਸਿਕਿਉਰਿਟੀ ਦੇ ਉੱਤੇ ਲੱਗਾ ਹੋਇਆ, ਚਾਹੇ ਜਿੰਨੇ ਵੀ ਪੋਲੀਟੀਕਲ ਲੀਡਰ ਹੈ ਜਿਸ ਕਿਸੇ ਵੀ ਪਾਰਟੀ ਦੇ, ਉਹਨਾਂ ਦੇ ਨਾਲ ਬਹੁਤ ਵੱਡਾ ਅਮਲਾ ਜਿਹੜਾ ਪੁਲਿਸ ਦਾ ਲੱਗਾ, ਉਹ ਇੱਕ ਬਹੁਤ ਵੱਡਾ ਬਜਟ ਖਿੱਚਲ ਜਾਂਦਾ ਹੈ। ਜੇ ਆਪਾਂ ਪੰਜਾਬ ਸੈਕਟਰੀਏਟ ਦੀ ਗੱਲ ਕਰੀਏ, ਚੰਡੀਗੜ੍ਹ ਰਾਜਧਾਨੀ ਦੇ ਵਿੱਚ ਜਿੱਥੇ 19 ਸੁਰੱਖਿਆ ਦੇ ਕਰਮਚਾਰੀ ਲੱਗੇ ਆ, ਉਹਨਾਂ ਦਾ ਇੱਕ ਬਹੁਤ ਵੱਡਾ ਬਜਟ ਹੈ ਜੀ ਜੀ ਜੀ। ਔਰ ਇਹ ਸਾਰੀਆਂ ਗੱਲਾਂ ਪੰਜਾਬ ਦਾ ਜਿਹੜਾ ਐਕਸਚੈਕਰ ਹੈ ਜਾਂ ਟੈਕਸ ਮਨੀ ਆ, ਜਿਹੜੀ ਰੁਪੀਜ਼ ਮਨੀ ਆ, ਡਾਲਰ ਜਿਹਨੂੰ ਆਪਾਂ ਕਹਿ ਦਿੰਦੇ ਟੈਕਸ ਦੀ ਮਨੀ ਲੋਕਾਂ ਦੀ, ਉਹਦੇ ਉੱਤੇ ਇਹ ਬਹੁਤ ਵੱਡਾ ਹਿੱਸਾ ਇਸ ਪਾਸੇ ਨੂੰ ਜਾ ਰਿਹਾ ਹੈ। ਔਰ ਇਸਦੇ ਵਿੱਚ ਐਫੀਸ਼ੀਐਂਸੀ ਲਿਆਉਣਾ ਇਹ ਗੌਰਮੈਂਟ ਦਾ ਹੀ ਕੰਮ ਹੈ, ਗੌਰਮੈਂਟ ਆਪਣੇ ਸਿਸਟਮ 'ਚ ਐਫੀਸ਼ੀਐਂਸੀ ਲਿਆਵੇ। ਇਹ ਜਿਹੜਾ ਭਾਰ ਪਿਆ ਵਾ ਇਸ ਚੀਜ਼ਾਂ ਦਾ, ਜਿਹੜੇ ਚਿੱਟੇ ਹਾਥੀ ਬੰਨੇ ਹੋਏ ਆ, ਜਿਹੜੇ ਜਿਸ ਤਰ੍ਹਾਂ ਕਹਿ ਸਕਦੇ ਹਾਂ, ਉਹਨਾਂ ਨੂੰ ਜ਼ਰੂਰ ਉੱਥੇ ਐਫੀਸ਼ੀਐਂਸੀ ਇੰਪਰੂਵ ਕਰਨੀ ਪਏਗੀ, ਤਾਂ ਹੀ ਪੰਜਾਬ ਸਰਕਾਰ ਦੀ ਜਿਹੜੀ ਮਾਲੀ ਹਾਲਤ ਆ ਉਹ 'ਚ ਸੁਧਾਰ ਆਏਗਾ, ਤਾਂ ਹੀ ਉਹ ਪੈਸਾ ਟੈਕਸ ਮਨੀ ਆ ਜਿਹੜੀ ਕਿਸੇ ਵੈਲਫੇਅਰ ਪ੍ਰੋਗਰਾਮਾਂ ਵਾਸਤੇ ਵਰਤੀ ਜਾ ਸਕੇਗੀ। ਜੀ, ਜਿੱਥੇ ਇੰਨੇ ਵੱਡੇ ਕੁਨਬਾ ਫੈਲਾ ਰੱਖਿਆ ਹੋਇਆ, ਉੱਥੇ ਕਸਟਮਰ ਸਰਵਿਸ ਲਈ ਆਫੀਸਰਸ ਵੀ ਲਾ ਦਿੱਤੇ ਜਾਣ, ਸ਼ਾਇਦ ਹੋਣਗੇ ਵੀ, ਉਹ ਵੀ ਨਾ ਗੱਲ ਕਰਦੇ ਹੋਣਗੇ ਵੀ, ਇਸ਼ੂ ਹੋ ਸਕਦਾ ਕਿਤੇ ਨਾ ਕਿਤੇ ਰਾਈ। ਜੀ ਜੀ ਜੀ, ਪੰਨੂ ਸਾਹਿਬ, ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਇਹ ਸਨ ਪੰਨੂ ਸਾਹਿਬ, ਡਾਕਟਰ ਚਰਨਜੀਤ ਸਿੰਘ ਪੰਨੂ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਰਹਿੰਦੇ ਗਾਹੇ ਵਗਾਏ, ਅਤੇ ਆਪਾਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਦੇ। ਸਵਾਗਤ ਜੀ ਤੁਹਾਡਾ ਸਾਰੇ ਦਰਸ਼ਕਾਂ ਦਾ, ਫਿਰ ਮੈਂ ਤੁਹਾਡਾ ਗੁਰਲਾਲ, ਓਪਨ ਪਲੇਟਫਾਰਮ ਪ੍ਰੋਗਰਾਮ ਲੈ ਕੇ ਜਸ ਪੰਜਾਬੀ 'ਤੇ ਮੈਂ ਤੁਹਾਡੇ ਰੂਬਰੂ ਹੁੰਦਾ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਸਾਡੇ ਕੈਲੀਫੋਰਨੀਆ ਸਟੂਡੀਓ 'ਚੋਂ ਪੈਸੀਫਿਕ ਟਾਈਮ। ਦਰਸ਼ਕੋ, ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਪ੍ਰਵਾਸ ਹੋ ਰਿਹਾ ਆ ਉੱਥਾਂ ਖਰਚ, ਜਿਹੜੀ ਪੰਜਾਬ ਦੀ ਮਨੀ ਬਾਹਰ ਜਾ ਰਹੀ ਹੈ, ਔਰ ਦੂਸਰੀ ਜਿਹੜੀ ਇੰਡਸਟਰੀ ਨੂੰ ਕੱਟ ਲੱਗ ਰਿਹਾ, ਉਹ ਆਪਾਂ ਇਹ ਚੀਜ਼ਾਂ ਜੇ ਕੰਟੀਨਿਊ ਰਹੀਆਂ ਤਾਂ ਆਉਣ ਵਾਲੇ 20-30 ਸਾਲਾਂ ਤੱਕ ਪੰਜਾਬ ਨੂੰ ਕਿੱਥੇ ਖੜ੍ਹਾ ਦੇਖਦੇ ਹਾਂ। ਸਾਡੇ ਨਾਲ ਫੋਨ ਲਾਈਨ 'ਤੇ ਜੁੜ ਗਏ ਨੇ ਸਰਦਾਰ ਇਸ਼ਪਾਲ ਸਿੰਘ ਬਾਜਵਾ ਸਾਹਿਬ ਸ਼ਿਕਾਗੋ ਤੋਂ, ਉਹਨਾਂ ਦੇ ਵਿਚਾਰ ਲੈ ਕੇ ਆਪਾਂ ਜਿਹੜਾ ਸ਼ੋਅ ਕੰਟੀਨਿਊ ਕਰਾਂਗੇ। ਜੀ ਬਾਜਵਾ ਸਾਹਿਬ, ਤੁਸੀਂ ਔਨਲਾਈਨ ਹੋ ਜੀ, ਔਨ ਏਅਰ ਹੋ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹਾਂ ਬਾਜਵਾ ਸਾਹਿਬ, ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਸ ਚੀਜ਼ 'ਤੇ ਹੈ ਕਿ ਜਦੋਂ ਆਪਾਂ 1947 'ਚ ਆਜ਼ਾਦ ਹੋਏ ਸੀ, ਜਦੋਂ ਚੜ੍ਹਦਾ ਪੰਜਾਬ ਬਣਿਆ ਸੀ, ਉਸ ਟਾਈਮ ਕੁਛ ਹੰਡਰਡ ਮਤਲਬ ਸੈਂਕੜਿਆਂ ਦੇ ਵਿੱਚ ਹੀ ਇੰਡਸਟਰੀ ਸੀਗੀ। ਉਸ ਤੋਂ ਬਾਅਦ ਜਦੋਂ 50s ਆਈ, ਦਾਇਰਾ ਆਇਆ, 60s ਦਾ ਆਇਆ, ਔਰ ਗ੍ਰੀਨ ਰੈਵੋਲਿਊਸ਼ਨ ਆਈ, ਉਹਦੇ ਵਿੱਚ ਐਗਰੀਕਲਚਰ ਦੇ ਵਿੱਚ ਯੂਜ਼ ਹੋਣ ਵਾਲੀਆਂ ਬਹੁਤ ਚੀਜ਼ਾਂ ਬਣੀਆਂ, ਉਹਦੀ ਇੰਡਸਟਰੀ ਲੱਗੀ ਮੰਡੀ ਗੋਬਿੰਦਗੜ੍ਹ ਦੇ ਵਿੱਚ, ਸਟੀਲ ਇੰਡਸਟਰੀ ਬਟਾਲੇ ਦੇ ਵਿੱਚ, ਸਟੀਲ ਇੰਡਸਟਰੀ, ਉਸ ਤੋਂ ਬਾਅਦ ਜਲੰਧਰ ਦੇ ਵਿੱਚ ਸਪੋਰਟਸ ਇੰਡਸਟਰੀ, ਅਤੇ ਲੁਧਿਆਣਾ ਜਿਹੜਾ ਕਿ
ਹੌਜਰੀ ਤੇ ਹੋਰ ਕਈ ਚੀਜ਼ਾਂ ਦਾ ਹੱਬ ਬਣ ਗਿਆ ਸੀ ਜਿਹਨੂੰ ਮੈਨਚੈਸਟਰ ਆਫ ਇੰਡੀਆ ਵੀ ਕਹਿੰਦੇ ਆ। ਉਹ ਫਿਰ ਜਦੋਂ 1990 ਤੱਕ ਦਾ ਟਾਈਮ ਆਇਆ, ਉਸ ਤੋਂ ਬਾਅਦ ਉਹ ਹੌਲੀ ਹੌਲੀ ਚਲੋ ਜਿੱਦਾਂ ਵੀ ਚੰਗਾ ਮਾੜਾ ਟਾਈਮ ਆਇਆ, ਉਸ ਤੋਂ ਬਾਅਦ ਸਾਨੂੰ 2000 ਆਇਆ ਤਾਂ ਕਾਫੀ ਰੀਲੋਕੇਸ਼ਨ ਸ਼ੁਰੂ ਹੋਈ ਤੇ 2000 ਤੋਂ ਲੈ ਕੇ ਹੁਣ 2021 ਆ ਗਿਆ ਆ, ਤੇ ਆਪਾਂ ਉਸ ਤੋਂ ਲੈ ਕੇ 36% ਯਾਨੀ 36% ਕੱਟ ਲੱਗ ਗਿਆ ਟੋਟਲ ਇੰਡਸਟਰੀ, ਜਾਂ ਤਾਂ ਬੰਦ ਹੋ ਗਈ ਜਾਂ ਰੀਲੋਕੇਟ ਕਰ ਗਈ। ਜੇ ਇਸੇ ਤਰ੍ਹਾਂ ਟ੍ਰੈਂਡ ਜਿਹੜਾ ਟ੍ਰੈਂਡ ਹੈ ਜਾਰੀ ਰਿਹਾ ਤੇ ਆਉਣ ਵਾਲੇ 20-25 ਸਾਲਾਂ ਤੱਕ ਪੰਜਾਬ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ ਜੀ? ਹਾਂਜੀ ਪਨਾਲ ਸਾਹਿਬ, ਇਹ ਬਹੁਤ ਚੰਗਾ ਤੁਸੀਂ ਵਿਸ਼ਾ ਚੁਣਿਆ ਤੇ ਬੜਾ ਵੱਡਾ ਕਾਜ਼ ਆਫ ਕੰਸਰਨ ਵੀ ਹੈ ਜੀ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਜਿਵੇਂ ਤੁਸੀਂ ਪਹਿਲਾਂ ਭੂਮਿਕਾ ਦੱਸੀ ਹੈ ਜੀ, ਉਹਦਾ ਬਹੁਤ ਰੋਲ ਹੈ ਕਿ ਜਦੋਂ ਆਪਾਂ 47 ਤੋਂ ਬਾਅਦ ਆਏ ਜੀ ਤੇ 8-7 ਸਾਲ ਤਾਂ ਉਹ ਡਸਟ ਇੰਡੀਪੈਂਡੈਂਸ ਦੀ, ਲੋਕ ਤਾਂ ਸਾਨੂੰ ਆਜ਼ਾਦੀ ਕਹਿੰਦੇ ਆ, ਉਹਦਾ ਪੰਜਾਬ ਦੀ ਐਕਚੁਅਲੀ ਬਰਬਾਦੀ ਸੀ, ਪਰ 7-8 ਸਾਲਾਂ ਤੇ ਲੋਕ ਪੈਰਾਂ ਤੇ ਆ ਗਏ ਸੀ ਜੀ ਜੀ ਜੀ। ਐਂਡ ਵੈਰੀ ਮੱਚ ਥੈਂਕ ਉਹਨਾਂ ਦਾ ਧੰਨਵਾਦ ਜਿਹੜੀ ਉਦੋਂ ਦੀ ਐਡਮਿਨਿਸਟ੍ਰੇਸ਼ਨ ਸਪੈਸ਼ਲੀ ਜਿਹੜੀ ਕੈਰੋਂ ਸਾਹਿਬ ਦੀ 8-10 ਸਾਲ ਰਹੀ, ਉਹ ਬਹੁਤ ਚੰਗੀ ਐਡਮਿਨਿਸਟ੍ਰੇਸ਼ਨ ਸੀਗੀ। ਬਾਕੀ ਪੋਲੀਟੀਕਲ ਡਿਫਰੈਂਸਿਸ ਤਾਂ ਹੁੰਦੇ ਰਹੇ ਨੇ, ਉਹ ਪੰਜਾਬ ਜਿਹੜਾ ਆਪਣੇ ਉਹ ਪੈਰਾਂ ਤੇ ਖਲੋ ਗਿਆ ਜੀ। ਪਰ ਉਦੋਂ ਬਾਅਦ ਕੁਛ ਚੀਜ਼ਾਂ ਜਿਵੇਂ ਤੁਸੀਂ ਵੀ ਦੱਸੀਆਂ, ਪਹਿਲੀ ਬਾਈਫਰਕੇਸ਼ਨ, ਫਿਰ ਹਿੰਦੁਸਤਾਨ ਪਾਕਿਸਤਾਨ ਲੜਾਈ ਜੀ ਜੀ ਜੀ, ਫਿਰ ਆਪਣਾ ਬੰਗਲਾਦੇਸ਼ ਵਾਰ, ਉਦੋਂ ਬਾਅਦ ਐਮਰਜੈਂਸੀ, ਬੈਂਕਾਂ ਦੀ ਨੈਸ਼ਨਲਾਈਜੇਸ਼ਨ ਤੇ ਮਿਲੀਟੈਂਸੀ, ਇਹਨਾਂ ਚੀਜ਼ਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਅਫੈਕਟ ਕੀਤਾ। ਪਰ ਫਿਰ ਵੀ ਦੇਖੋ ਕਿ ਜਦੋਂ ਇਹ 1995 'ਚ ਇਹ ਫਿਰ ਇਹ ਚੀਜ਼ਾਂ ਜਦੋਂ ਖਤਮ ਹੋ ਗਈਆਂ, ਕੁਛ ਸਮਾਂ ਪੈ ਗਿਆ, ਪੰਜਾਬ ਫਿਰ ਉੱਠਣ ਲੱਗ ਗਿਆ। ਔਰ ਇਵੇਂ ਸੀ ਵੀ ਜਿਵੇਂ ਤੁਸੀਂ ਵੀ ਦੱਸਿਆ ਵੀ 1990 ਤੱਕ ਆਪਣੇ ਕਾਫੀ ਕੁਛ ਸੀਗਾ, ਐਂਡ ਟੂ ਬੀ ਐਗਜ਼ੈਕਟ ਉਹ ਕਾਫੀ ਯੂਨਿਟ ਸੀਗੇ ਇੰਡਸਟਰੀ ਦੇ ਪੰਜਾਬ 'ਚ, ਔਰ ਜਿਨ੍ਹਾਂ 'ਚੋਂ ਸਮਾਲ 101,94,000 ਤਾਂ ਸਮਾਲ ਸਕੇਲ ਯੂਨਿਟ ਸੀ ਤੇ 586 ਲਾਰਜ ਤੇ ਮੀਡੀਅਮ ਯੂਨਿਟ ਸੀਗੇ ਜੀ ਜੀ ਜੀ। ਔਰ ਇਹਨਾਂ ਦੇ ਵਿੱਚ ਮੇਨ ਸੀਗੀ ਐਗਰੋ ਇੰਡਸਟਰੀ ਨਾਲ ਰਿਲੇਟਡ ਤੇ ਸਮਾਲ ਸਕੇਲ ਇੰਡਸਟਰੀ ਜਿਵੇਂ ਤੁਸੀਂ ਸ਼ਹਿਰਾਂ 'ਚ ਦੱਸੀ ਹੈ, ਉੱਥੋਂ ਤੱਕ ਤਾਂ ਹੁਣ ਗੱਲ ਹੋ ਗਈ। ਹੁਣ ਅੱਗੋਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਰੀਜ਼ਨ ਕੀ ਹੈ ਵੀ ਇਹ ਕਿੱਧਰ ਹੌਲੀ ਹੌਲੀ ਇਹ ਕੰਮ ਕਿੱਧਰ ਨੂੰ ਚੱਲਿਆ ਗਿਆ? ਆਫਟਰ ਆਲ ਇਹ ਬਣਨਾ ਤਾਂ ਚਾਹੀਦਾ ਸੀ ਹੁਣ ਤੱਕ ਬਹੁਤ ਚੰਗਾ ਜਿਵੇਂ ਦੱਸਦੇ ਸੀ, ਉਹ ਬਣ ਗਿਆ ਕੰਮ ਉਹਦੇ ਉਲਟ। ਹਾਂਜੀ, ਸੋ ਉਹਦੇ 'ਚ ਜੋ ਮੇਰੀ ਨਜ਼ਰ 'ਚ ਆਏ ਹੈ ਜਿਹੜੇ ਇਕਾਨਮਿਸਟ ਹੋਰ ਸਕਸੈਸਿਵ ਜਿਹੜੇ ਗੱਲ ਇਹਨਾਂ ਨੂੰ ਸਮਝਦੇ ਆ ਜੋ ਉਹਨਾਂ ਨੇ ਦੱਸਿਆ, ਹਾਂਜੀ ਹਾਂਜੀ, ਉਦੋਂ ਬਾਅਦ ਇਹ ਚੀਜ਼ਾਂ ਨਜ਼ਰ ਆਈਆਂ ਜੀ ਕਿ ਜਦੋਂ 1991 ਸੀ ਜੀ, ਪੰਜਾਬ ਵਾਸ ਡੂਇੰਗ ਵੈਰੀ ਗੁੱਡ ਇਨ ਦਾ ਇੰਡਸਟਰੀ ਸੈਕਟਰ ਜੀ, ਇੱਥੋਂ ਤੱਕ ਸੀ ਕਿ ਇਟ ਯੂਜ਼ ਟੂ ਐਕਸਪੋਰਟ ਗਲਫ ਕੰਟਰੀਜ਼ ਨੂੰ, ਯੂਰਪ ਨੂੰ, ਯੂਨਾਈਟਿਡ ਅਰਬ ਐਮੀਰੇਟਸ ਨੂੰ, ਐਂਡ ਈਵਨ ਇਟਲੀ ਤੱਕ ਆਪਣੇ ਪੰਜਾਬ ਦੀ ਇੰਡਸਟਰੀ ਦਾ ਸਮਾਨ ਜਾਂਦਾ ਸੀ। ਉਹ ਤੁਸੀਂ ਲਾ ਲਓ ਸਾਈਕਲ ਪਾਰਟਸ, ਹੀਰੋ। ਬਾਈਓ ਸਾਹਿਬ, ਜੇ 1991 ਦੀ ਗੱਲ ਕਰੀਏ, ਨਾਲੇ ਉਦੋਂ ਪੰਜਾਬ ਨਵਾਂ ਪੂਰੇ ਆਤੰਕਵਾਦ ਦਾ ਸੰਤਾਪ ਹੰਢਾ ਕੇ ਹਟਿਆ ਸੀ। ਹਾਂ, ਰਾਜਰ ਹਾਲੇ ਥੋੜਾ ਚੱਲ ਹੀ ਰਿਹਾ ਸੀ ਜੀ, ਚੱਲ ਹੀ ਰਿਹਾ ਸੀ ਜੀ 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 ਜੀ। ਹਾਂ, ਤੇ ਉਹ ਇੰਨੀ ਚੰਗੀ ਹੁੰਦੇ ਆ, ਮਤਲਬ ਫਿਰ ਤੁਸੀਂ ਵੇਖੋ ਕਿ ਜਦੋਂ ਇਹ 2005 ਆਇਆ ਜੀ, 2005 ਤੱਕ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਜੀ ਜੀ, ਕਦੀ ਅਪ ਕਦੀ ਡਾਊਨ, ਇੰਟਰਨੈਸ਼ਨਲ ਮਾਰਕੀਟ ਨਾਲ ਤਾਂ ਚੀਜ਼ ਹੁੰਦੀ ਰਹਿੰਦੀ ਹੈ, ਕਿਉਂਕਿ ਉਹ ਜੇ ਕਦੀ ਜਿੱਥੇ ਕਦੀ ਸਲੰਮ ਪਾ ਜੇ ਤਾਂ ਫਿਰ ਦੂਜੇ ਪਾਸੇ ਫਿਰ। ਪਰ ਇਹ ਹੈ ਕਿ 2005 ਤੋਂ ਲੈ ਕੇ ਬੜਾ ਸੀਰੀਅਸ ਡਾਊਨ ਟ੍ਰੈਂਡ ਇਹ ਸ਼ੁਰੂ ਹੋਇਆ ਜੀ। ਇਹ ਇੰਨਾ ਹੋਇਆ ਕਿ ਜਿਹੜੀਆਂ ਬਿਗੈਸਟ ਕੰਪਨੀਆਂ ਵੈਲ ਅਸਟੈਬਲਿਸ਼ ਲਾਈਕ ਨਾਰ ਇੰਡਸਟਰੀਜ਼, ਵਰਧਮਾਨ ਇੰਡਸਟਰੀ, ਹੀਰੋ ਸਾਈਕਲ, A1 ਸਾਈਕਲ, ਇਹਨਾਂ ਲੋਕਾਂ ਨੂੰ ਵੀ ਫਿਕਰ ਪੈ ਗਿਆ ਇਹਨਾਂ ਦੀ ਪ੍ਰੋਡਕਸ਼ਨ ਵੀ, ਕਿਉਂਕਿ ਸਮਾਨ ਵਿਕਦਾ ਨਹੀਂ ਸੀ, ਪ੍ਰੋਡਕਸ਼ਨ ਜਿਹੜੀ ਉਹ ਘਟਣ ਲੱਗ ਗਈ ਜੀ। ਔਰ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਆਪਰੇਸ਼ਨ ਸੀਗੇ ਥੋੜੇ ਬਹੁਤ ਫੋਲਡ ਹੋਣ ਲੱਗ ਗਏ ਜੀ ਜੀ ਜੀ। ਔਰ ਫਿਰ ਇਹ ਚੀਜ਼ ਹੈ ਕਿ ਜਦੋਂ ਇਹ ਚੀਜ਼ਾਂ ਡਾਊਨ ਟ੍ਰੈਂਡ ਲੈਂਦੀਆਂ, ਹਾਂਜੀ ਹਾਂਜੀ, ਬਿਜ਼ਨਸਮੈਨ ਤਾਂ ਗਵਰਨਮੈਂਟ ਦੇ, ਸੈਂਟਰ ਦੇ ਵੀ, ਸਟੇਟ ਦੇ ਵੀ,
ਉਹਨਾਂ ਦੇ ਇੰਡਸਟਰੀ ਦੇ ਲੀਡਰ ਇਹਨਾਂ ਨੂੰ ਦੱਸਦੇ ਰਹੇ ਹੈ, ਕਿਸੇ ਨੇ ਇੱਧਰ ਧਿਆਨ ਨਹੀਂ ਕੀਤਾ। ਪੰਜਾਬ ਦੀ ਇਹ ਬੜੀ ਵੱਡੀ ਤ੍ਰਾਸਦੀ ਹੈ, ਚਾਹੇ ਉਹ ਤੁਸੀਂ, ਮੈਂ ਕਿਸੇ ਨੂੰ ਪੋਲੀਟੀਕਲੀ ਇੱਕ ਪਾਰਟੀ ਨੂੰ ਬਲੇਮ ਨਹੀਂ ਕਰਦਾ, ਮੈਂ ਤਾਂ ਸਾਰਿਆਂ ਨੂੰ ਓਨਾ ਹੀ ਭਾਈਵਾਲ ਸਮਝਦਾ ਵੀ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ। ਆਪਾਂ ਇੱਕ ਬੰਦੇ ਇੱਕ ਪਾਰਟੀ ਨੂੰ ਨਹੀਂ ਕਹਿ ਰਹੇ, ਕਹਿ ਵੀ ਨਹੀਂ ਸਕਦੇ, ਕਿਉਂਕਿ ਕਰੀਬ ਕਰੀਬ ਇਹ ਬਹੁਤ ਲੰਮਾ ਟਾਈਮ ਹੈ ਤਾਂ ਵਾਰ ਵਾਰ ਸਾਰੀਆਂ ਪਾਰਟੀਆਂ ਆਪਦਾ ਰਾਜ ਕਰਕੇ ਜਾਂਦੀਆਂ ਵੀ ਰਹੀਆਂ। ਪਰ ਤੁਹਾਨੂੰ ਬਾਜਵਾ ਸਾਹਿਬ ਕੀ ਲੱਗਦਾ ਕਿ ਬਿਗੈਸਟ ਇਸ਼ੂ ਵਾਸ ਫਾਈਨੈਂਸ਼ੀਅਲ ਇਸ਼ੂ ਜਾਂ ਬਾਰਡਰ ਸਟੇਟ ਦਾ ਇਫੈਕਟ ਪਿਆ? ਨਹੀਂ, ਮੈਂ ਉੱਥੇ ਆਉਣ ਲੱਗਿਆ ਸੀ, ਮੈਂ ਥੋੜ੍ਹੇ ਇਹ ਬੜੇ ਸੀਰੀਅਲ ਵਾਈਜ਼ ਲਿਖੀਆਂ ਚੀਜ਼ਾਂ ਸਾਰੀਆਂ ਕਵਰ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ। ਹਾਂਜੀ, ਉਹ ਫਿਰ ਜਦੋਂ ਇਹ ਟ੍ਰੈਂਡ ਬਦਲੇ, ਇਹ ਜਿਹੜੇ ਲਾਸਟ 4 ਈਅਰ ਆ ਸਪੈਸ਼ਲੀ 2015 ਤੋਂ ਲੈ ਕੇ, ਇੱਥੇ ਤਾਂ ਹਾਲਾਤ ਜਿਹੜੇ ਆ ਬਹੁਤ ਮਾੜੇ ਹੋ ਗਏ ਆ। 40% ਕੰਪਨੀਆਂ ਤਾਂ ਬਿਲਕੁਲ ਜਿਹੜੀਆਂ ਵਾ ਉਹ ਜਸਟ ਕਲੋਜ਼ ਟੂ ਸ਼ਟਿੰਗ ਡਾਊਨ। ਹਾਂਜੀ ਹਾਂਜੀ ਹਾਂਜੀ। 30% ਲੋਕਾਂ ਨੇ ਆਪਣੇ ਸ਼ੋਅਰੂਮ ਦੂਜੀ ਜਗ੍ਹਾ ਵੀ ਲੋਕਾਂ ਨੂੰ ਲੀਜ਼ ਤੇ ਕਰ ਦਿੱਤੀ ਆ, ਤੇ ਜਿਹੜੇ ਅਦਰ 30% ਹੈ ਉਹ ਟੋਟਲੀ ਸ਼ਟ ਕਰਕੇ ਬੰਦ ਹੋਏ ਪਏ ਜੀ। ਹੁਣ ਇਹ ਚੀਜ਼ ਹੈ ਵੀ ਇਹ ਜਿਹੜੀ ਡੀ ਇੰਡਸਟਰੀਲਾਈਜੇਸ਼ਨ ਇੰਨੀ ਹੋਈ ਹੈ ਸਟਾਰਟਿੰਗ ਫਰਾਮ 2010, ਇਹਨਾਂ 10 ਸਾਲਾਂ 'ਚ ਵੀ ਇਹਦੇ ਰੀਜ਼ਨ ਕੀ ਹੈ? ਇਹਦੇ ਵਿੱਚ ਜਲੰਧਰ ਸਪੋਰਟਸ ਵੀ ਉੱਡ ਗਏ, ਮੰਡੀ ਮੰਡੀ ਗੋਬਿੰਦਗੜ੍ਹ ਵੀ ਉੱਡ ਗਈ, ਅੰਮ੍ਰਿਤਸਰ ਨੂੰ ਬੜਾ ਇਫੈਕਟ ਹੋਇਆ। ਹਾਂਜੀ, ਔਰ ਇਹਦੇ ਨਾਲ ਵੱਡਾ ਕਾਰਨ ਕੀ ਬਣਿਆ ਕਿ ਸਟੇਟ ਦੇ ਰੈਵਨਿਊ ਜਿਹੜੇ ਹੈ ਉਹ ਬਹੁਤ ਡਿਪ ਹੋ ਗਏ। ਜੀ 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 ਜੀ। ਜਦੋਂ ਹੁਣ ਸਟੇਟ ਰੈਵਨਿਊ ਡਿਪ ਹੋ ਜਾਣਗੇ, ਹਾਂਜੀ, ਤੇ ਉਹ ਫਿਰ ਜਿਹੜੇ ਉਹਨਾਂ ਦੇ ਪ੍ਰੋਗਰਾਮ ਆ, ਇਨਫਰਾਸਟ੍ਰਕਚਰ, ਐਜੂਕੇਸ਼ਨ, ਹੈਲਥ ਕੇਅਰ, ਐਕਸਟੈਂਸ਼ਨ ਸਰਵਿਸਿਸ ਤੇ ਫਾਰਮਿੰਗ ਇਨਫਰਾਸਟ੍ਰਕਚਰ, ਉਹ ਸਭ ਕੁਝ ਸਫ਼ਰ ਕਰਦਾ ਜੀ। ਔਰ ਉਹਦੇ ਨਾਲ ਸਫ਼ਰ ਕਰਨ ਨਾਲ ਹੁਣ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਸੈਂਟਰ ਗਵਰਨਮੈਂਟ, ਇਹ ਮੈਂ ਕਹਿ ਸਕਦਾ ਸੈਂਟਰ ਗਵਰਨਮੈਂਟ ਨੇ ਕੋਈ ਹੈਲਪ ਨਹੀਂ ਕੀਤੀ ਜੀ। ਬਾਕੀ ਸਾਡੇ ਬਿਊਰੋਕਰੈਟਸ ਤੇ ਗਵਰਨਮੈਂਟ ਨੇ ਕਿੰਨੀ ਕੁ ਕੋਸ਼ਿਸ਼ ਕੀਤੀ ਹੈ ਉਹਦੀ ਬਾਬਤ ਮੈਂ ਕੁਛ ਕਹਿ ਨਹੀਂ ਸਕਦਾ। ਤੇ ਹੁਣ ਅੱਗੋਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਆ ਮੇਨ ਚੀਜ਼ਾਂ ਉਹ ਕਹਿੰਦੇ ਰਹੇ, ਜਿਵੇਂ ਅੱਜ ਵੀ ਕਹਿ ਰਹੇ ਹਾਂ ਕਿ ਇੰਡੀਆ ਬੜਾ, ਅਸੀਂ ਇਹਨੂੰ ਮੈਨੂਫੈਕਚਰਿੰਗ ਡੈਸਟੀਨੇਸ਼ਨ ਬਣਾ ਦੇਣਾ ਹੈ, ਫੋਰਨ ਡਾਇਰੈਕਟ ਫੋਰਨ ਇਨਵੈਸਟਮੈਂਟ ਸਕੀਮਾਂ ਲਿਆਓ ਆਪਣੀ। 2007 ਤੋਂ 2017 ਦੀ ਗਵਰਨਮੈਂਟ ਵੀ ਪੰਜਾਬ ਦੀ ਇਹੀ ਕਹਿੰਦੀ ਰਹੀ ਹੈ, ਇੰਡੀਅਨ ਗਵਰਨਮੈਂਟ ਵੀ ਇਹੀ ਕਹਿ ਰਹੀ ਹੈ, ਔਰ ਹੁਣ ਵਾਲੀ ਪ੍ਰੈਜੈਂਟ ਗਵਰਨਮੈਂਟ ਵੀ ਇਹੀ ਕਹਿ ਰਹੀ। ਪਰ ਕਾਰਨ ਕੀ ਹੈ ਵੀ ਉਹ ਪੈਸੇ ਆ ਕਿਉਂ ਨਹੀਂ ਰਹੇ, ਕਿਉਂ ਨਹੀਂ ਲੋਕ ਪੰਜਾਬ ਦੇ ਵਿੱਚ ਆ ਕੇ ਕਰਦੇ? ਗੱਲ ਤਾਂ ਇਹ ਸੋਚਣ ਵਾਲੀ ਹੈ। ਹਾਂਜੀ, ਇਹਦੇ ਨਾਲ ਕੀ ਹੋਇਆ ਜੀ? ਹਾਂਜੀ, ਵੀ ਇੱਕ ਤਾਂ ਸਾਡੇ ਪੰਜਾਬ 'ਚ ਜਿਹੜੀਆਂ ਕਾਸਟ ਆਫ ਓਪਰੇਸ਼ਨ ਹੈ ਉਹ ਬਹੁਤ ਵੱਧ ਗਈ ਜੀ, ਉਹਦੇ ਨਾਲ ਜਿਹੜਾ ਸਾਡਾ ਪ੍ਰੋਡਕਟ ਬਣਦਾ ਹੈ ਉਹ ਆਪਣੀ ਨਾ ਤਾਂ ਇੰਡੀਅਨ ਮਾਰਕੀਟ 'ਚ ਕੰਪੀਟ ਕਰਦਾ ਜੀ, ਤੇ ਉਹਦੇ ਉੱਤੋਂ ਜਿਹੜੀ ਲਿਬਰਲਾਈਜੇਸ਼ਨ ਆਫ ਟ੍ਰੇਡ ਇੰਪੋਰਟਸ ਦੀ ਜਿਹੜੀ ਪੋਲਿਸੀ ਗਵਰਨਮੈਂਟ ਆਫ ਇੰਡੀਆ ਨੇ ਬਣਾ ਦਿੱਤੀ ਉਹਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਇੰਡੀਆ ਦਾ। ਹਾਲੇ ਟਾਈਮ ਨਹੀਂ ਸੀਗਾ, ਉਹ ਇਹਨਾਂ ਨੇ ਟੂ ਅਰਲੀ ਉਹ ਲਾ ਲਈ, ਉਹਦੇ ਨਾਲ ਕੰਪੀਟੀਸ਼ਨ ਦੇਣ ਲੱਗ ਗਿਆ ਚਾਈਨਾ। ਤੇ ਬਾਈਓ ਸਾਹਿਬ ਇਹ ਵੀ ਇੱਕ ਫੈਕਟ ਹੋ ਸਕਦਾ ਕਿ ਆਪਾਂ ਪੋਰਟ ਨਾਲ ਨਹੀਂ ਲੱਗਦੇ, ਸੀ ਪੋਰਟ ਨਾਲ ਨਹੀਂ ਲੱਗਦੇ, ਬੰਦਰਗਾਹ ਨਹੀਂ ਲੱਗਦੇ, ਇਹ ਵੀ ਵੱਡਾ ਫੈਕਟ ਹੋ ਸਕਦਾ। ਹਾਂ ਹਾਂ, ਉਹ ਅੱਗੇ ਹੈਗਾ ਕਾਰਨ, ਜਦੋਂ ਆਪਾਂ ਉਹ ਕਹਿੰਦੇ ਹਾਂ ਨਾ ਵੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਘੱਟ ਹੋਣੀ ਚਾਹੀਦੀ ਹੈ ਜੀ ਜੀ ਜੀ, ਹੁਣ ਜਿਹੜਾ ਸਾਡਾ ਪ੍ਰੋਡਕਟ ਹੈ ਜੀ ਉਸ ਫਰਜ਼ ਕਰੋ ਅਸੀਂ ਜਾ ਕੇ ਉਹਨੂੰ ਵੇਚਣਾ ਯੂਰਪ 'ਚ, ਹਾਂਜੀ, ਉਹ ਬਣਿਆ ਵਾ ਪੰਜਾਬ 'ਚ, ਹਾਂਜੀ, ਉਹ ਪੰਜਾਬ 'ਚੋਂ ਚੱਕਿਆ ਜਾਊਗਾ, ਉਹ ਕਿਸੇ ਵੱਡੇ ਏਅਰਪੋਰਟ ਤੇ ਜਾਊ ਜਾਂ ਫਿਰ ਸੀ ਪੋਰਟ ਤੇ ਜਾਊ, ਕਿਉਂਕਿ ਇਹ ਬਾਈ ਸੀ ਟ੍ਰਾਂਸਪੋਰਟ ਸਸਤੀ ਹੁੰਦੀ, ਸੋ ਉਹਦੇ ਨਾਲ ਫਿਰ ਕੀਮਤ ਜਿਹੜੀ ਆ ਵੱਧ ਜਾਂਦੀ। ਸੋ ਦੋ ਚੀਜ਼ਾਂ ਆਈਆਂ ਕਿ ਜਿਹੜੀ ਪੰਜਾਬ ਦੀ ਲੋਕੇਸ਼ਨ ਹੈ ਉਹ ਮਤਲਬ ਅੱਜ ਕੱਲ੍ਹ ਲੋਕ ਉਹਨੂੰ ਡਾਊਟ ਕਰਨ ਲੱਗ ਗਏ ਵੀ ਇਹ ਸਭ ਆਪਟੀਮਲ ਲੋਕੇਸ਼ਨ ਹੈ, ਕਿਸੇ ਪੋਰਟ ਨਾਲ ਨਹੀਂ ਲੱਗਦੀ, ਕਿਸੇ ਹੋਰ ਨਾਲ ਨਹੀਂ ਲੱਗਦੀ, ਇਹ ਬਾਰਡਰ ਸਟੇਟ ਹੈ, ਇਹ ਸਾਰੀਆਂ ਚੀਜ਼ਾਂ ਇਵੇਂ ਕਰਕੇ, ਪਰ ਉਹ ਆਪਾਂ ਨੂੰ ਸਭ ਜਿਹੜੀ ਹੈ ਉਹ ਇਫੈਕਟ ਜਿਹੜੀਆਂ ਕਰ ਰਹੀਆਂ। ਪਰ ਕਾਰਨ ਤਾਂ ਇਹ ਆਉਂਦਾ ਵੀ ਇਹ ਚੀਜ਼ਾਂ ਨੂੰ ਆਇਡੈਂਟੀਫਾਈ ਕਰਕੇ ਤੇ ਗਾਂਹ ਅਸੀਂ ਲੋਕਾਂ ਨੇ ਕੀ ਕਰਨਾ, ਸਾਡੀ ਗਵਰਨਮੈਂਟ ਨੂੰ ਅੱਗੇ ਜਾ ਕੇ ਕੀ ਕਰਨਾ ਪਏਗਾ। ਔਰ ਦੇਖੋ ਉਹ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੀ ਉਹ ਪੋਲਿਸੀ ਇੰਪੋਰਟ ਲਿਬਰਲਾਈਜੇਸ਼ਨ ਆ ਰਹੀ ਹੈ ਜੀ ਜੀ ਜੀ, ਉਹਨੇ ਚਾਈਨਾ ਨੂੰ ਇੱਕ ਬੜਾ ਵੱਡਾ ਕੰਪੈਟੀਟਰ ਖੜਾ ਕਰ ਦਿੱਤਾ ਇੰਡੀਅਨ ਮਾਰਕੀਟ 'ਚ ਜੀ। ਹੁਣ ਤੁਸੀਂ ਇਹ ਵੇਖੋ ਵੀ ਆਪਣੇ ਇੱਥੇ ਅਮੈਰੀਕਾ 'ਚ ਟਰੰਪ
ਐਡਮਿਨਿਸਟ੍ਰੇਸ਼ਨ ਦੇ ਵਿੱਚ ਚਾਈਨਾ ਨਾਲ ਥੋੜਾ ਰੌਲਾ ਪਿਆ ਸੀ ਜੀ 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 ਪਰ ਇਹ ਹੈ ਕਿ ਉਹਦੇ ਨਾਲ ਸਾਡੀ ਆਪਣੇ ਘਰ ਦੀ ਮਾਰਕੀਟ ਖਾਸ ਕਰਕੇ ਐਗਰੀਕਲਚਰ ਦੀ ਜਾਂ ਦੂਜੀ ਉਹ ਹਰਟ ਨਹੀਂ ਹੋਣ ਦਿੱਤੀ ਵੀ ਉਹਨਾਂ ਨੂੰ ਉਹਨਾਂ ਸਬਸਿਡਾਈਜ਼ ਕਰਕੇ ਆਪਣਾ ਬਣਾ ਕੇ ਰੱਖਿਆ ਜਿੰਨਾ ਚਿਰ ਚਾਈਨਾ ਨੂੰ ਥੋੜਾ ਜਿਹਾ ਹੀਲਸ 'ਤੇ ਨਹੀਂ ਲਿਆਂਦਾ ਉਹ ਗੱਲ ਉੱਥੇ ਆ ਜਾਂਦੀ ਹੈ ਨਾ ਕਿ ਫਾਈਨੈਂਸ ਸੀਗੇ ਤਾਂ ਉਹਨਾਂ ਨੇ ਕਰ ਲਿਆ ਉਹ ਆਪਣੇ ਪੈਸੇ ਚੁੱਕ ਕੇ ਘਰ ਦੀਆਂ ਚੀਜ਼ਾਂ ਬਾਹਰ ਵੇਖ ਕੇ ਜ਼ਮੀਨ ਵੇਚ ਕੇ ਬਾਹਰ ਨੂੰ ਜਾਣ ਨੂੰ ਤੁਰ ਪੈਂਦਾ ਅਤੇ ਉਹਦੇ ਨਾਲ ਤਾਂ ਜਿਹੜਾ ਪੰਜਾਬ ਦਾ ਪਾਪੂਲਸ ਲੈਂਡਸਕੇਪ ਹੈ ਉਹ ਬਿਲਕੁਲ ਹੀ ਚੇਂਜ ਹੋ ਜਾਏਗਾ ਦਸਾਂ ਸਾਲਾਂ ਪੰਦਰਾਂ 'ਚ ਹੀ ਚੇਂਜ ਹੋ ਜਾਏਗਾ ਔਰ ਜਿਵੇਂ ਕਿ ਤੁਸੀਂ ਪਹਿਲਾਂ ਵੀ ਲਿਆਈ ਸੀ ਗੱਲ ਕੀਤੀ ਵੀ ਜੋ 27,000 ਕਰੋੜ ਸਾਲ ਦਾ ਸਾਡੀ ਸਟੇਟ 'ਚੋਂ ਪੰਪ ਆਊਟ ਹੋ ਰਿਹਾ ਐਵਰੀ ਈਅਰ ਈਅਰ ਆਫਟਰ ਈਅਰ ਅਤੇ ਅਗਰ ਗੌਰਮੈਂਟ ਆਫ ਪੰਜਾਬ ਥੋੜ੍ਹਾ ਜਿਹਾ ਇੰਨਾ ਹਿੰਮਤ ਕਰੇ 27,000 ਕਰੋੜ ਅਗਰ ਉਹ ਪੌਣ 27,000 ਲੋਕਾਂ ਦਾ ਹੈ ਅਸੀਂ ਉਹ 54,000 ਕਰੋੜ ਨਾਲ ਉਹ ਜਿਹੜੇ ਉੱਥੋਂ ਦੇ ਲੋਕ ਹੈ ਅਸੀਂ ਉਹਨਾਂ ਨੂੰ ਉੱਥੇ ਐਸਟੈਬਲਿਸ਼ ਕਰ ਸਕਦੇ ਹਾਂ ਸਮਾਲ ਐਂਟਰਪ੍ਰੀਨਰ ਬਣਾ ਸਕਦੇ ਹਾਂ ਫਿਰ ਦੂਜੀ ਇੱਕ ਹੋਰ ਚੀਜ਼ ਹੈ ਸੇਮ ਮਾਡਲ ਗੌਰਮੈਂਟ ਆਫ ਇੰਡੀਆ ਅੱਜ ਦੀ ਐਗਰੀਕਲਚਰ 'ਚ ਲਿਆਉਣਾ ਚਾਹੁੰਦੀ ਆ ਫਰੀ ਮਾਰਕੀਟ ਵਾਲਾ ਉਹ ਜਿਹੜਾ ਮਾੜਾ ਮੋਟਾ ਰਹਿੰਦਾ ਹੈ ਕੰਮ ਉਹ ਪੰਜਾਬ ਦਾ ਹੋਰ ਉਹਦੇ 'ਚ ਵਿਗੜਨ ਦਾ ਖਦਸ਼ਾ ਬਣ ਸਕਦਾ ਬਾਕੀ ਹੁਣ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਵੀ ਪੰਜਾਬ ਗੌਰਮੈਂਟ ਕੈਸ਼ ਸਟ੍ਰੈਪਡ ਹੈ ਜ਼ਿਆਦਾ ਇਹ ਵੋਟਰ ਪਾਲਿਟਿਕਸ ਖੇਡਦੀ ਹੈ ਐਕਸਪੈਂਸਿਵ ਬਿਜਲੀ ਹੈ ਇੱਥੇ ਇਹ ਟੈਕਸ ਕ੍ਰੈਡਿਟ ਲੋਕਾਂ ਨੂੰ ਦਿੰਦੇ ਨੀਗੇ ਇਸੇ ਕਰਕੇ ਉਹ ਹਿਮਾਚਲ ਨੂੰ ਇੰਡਸਟਰੀ ਚੱਲ ਗਈ ਮੱਧ ਪ੍ਰਦੇਸ਼ ਨੂੰ ਜਾਣ ਲੱਗ ਗਏ ਉਹ ਲੋਕ ਉਹਨਾਂ ਨੂੰ ਸਨਅਤਕਾਰਾਂ ਨੂੰ ਸਸਤੀ ਜ਼ਮੀਨ ਦਿੰਦੇ ਆ ਔਰ ਉਹਨਾਂ ਨੂੰ ਉੱਥੋਂ ਟੈਕਸ ਐਡਵਾਂਟੇਜ ਦਿੰਦੇ ਆ ਟੈਕਸ ਕ੍ਰੈਡਿਟ ਦਿੰਦੇ ਆ ਔਰ ਸਾਡੇ ਪਾਸੇ ਕਿਸੇ ਦਾ ਇਧਰ ਨੂੰ ਧਿਆਨ ਹੀ ਨਹੀਂ ਹੈ ਜਿਹੜੀ ਐਡਮਿਨਿਸਟ੍ਰੇਟਿਵ ਦੀ ਐਡਮਿਨਿਸਟ੍ਰੇਸ਼ਨ ਦੀ ਇੱਕ ਜਿਹੜੀ ਉਹਨਾਂ ਦੀ ਜਿਹੜੀ ਸਮਝ ਆ ਉਹ ਉੱਧਰ ਨੂੰ ਜਾ ਨਹੀਂ ਰਹੀ ਆ ਉਹ ਜਾਣ ਕੇ ਨਹੀਂ ਲਿਜਾ ਰਹੀ ਉਹ ਸਮਝ ਨਹੀਂ ਆ ਰਹੀ ਕਿਸ ਗੱਲ ਦੀ ਪਰ ਮੈਂ ਉਹ ਸੈਮੀਨਾਰ 'ਚ ਦੇਖ ਰਿਹਾ ਸੀਗਾ ਐਕਚੁਅਲੀ ਸੈਮੀਨਾਰ ਨਹੀਂ ਸੀ ਵੈਬੀਨਾਰ ਦੇ ਵਿੱਚ ਕਿ 20-25 ਸਾਲਾਂ ਤੱਕ ਤਾਂ ਹਾਲਾਤ ਇੱਦਾਂ ਦੇ ਹੋ ਜਾਣਗੇ ਕਿ ਜਿੱਦਾਂ ਇਸ ਟਾਈਮ ਆਪਾਂ ਕਿਸੇ ਸਟੇਟ ਨੂੰ ਲਾ ਕੇ ਗੱਲ ਨਹੀਂ ਕਰ ਰਹੇ ਬਹੁਤ ਸਟੇਟਾਂ 'ਚ ਜਿੱਥੇ ਬੱਚੇ ਬਹੁਤ ਜ਼ਿਆਦਾ ਮਾਤਰਾ ਦੇ ਕੁਪੋਸ਼ਣ ਦਾ ਸਰਕਾਰ ਹੈ ਰੱਜ ਕੇ ਰੋਟੀ ਵੀ ਨਹੀਂ ਮਿਲ ਰਹੀ ਉਹਨਾਂ ਨੂੰ ਆਪਾਂ ਉਹ ਪਿਕਚਰ ਜੇ ਦੇਖੀਏ ਤਾਂ ਦਿਖ ਰਹੀ ਹੈ ਜੇ ਹੁਣ ਨਾ ਸੰਭਾਲਿਆ ਗਿਆ ਤਾਂ ਇਹ ਕੰਮ ਕਾਫੀ ਦੂਰ ਤੱਕ ਖਿਲਰ ਸਕਦਾ ਹਾਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਹੁਣ ਜਿਹੜੀ ਪੰਜਾਬ 'ਚ ਇੰਡਸਟਰੀ ਛੋਟੀ ਲੱਗਣੀ ਚਾਹੀਦੀ ਹੈ ਜਿਹੜੀ ਪੁਰਾਣੀ ਹੋ ਗਈ ਹੈ ਉਹਨਾਂ ਕੋਲ ਵੀ ਪੈਸੇ ਹੈ ਨਹੀਂ ਉਹਨਾਂ ਨੂੰ ਇਨਫਰਾਸਟ੍ਰਕਚਰ ਚੇਂਜ ਕਰਨ ਨੂੰ ਪੈਸੇ ਹੈ ਨਹੀਂ ਉਹ ਜਿਹੜੀ ਫੈਕਟਰੀ ਅੱਜ ਚਲਾਉਂਦੇ ਵੀ ਆ ਉਹ ਪ੍ਰੋਡਕਟਿਵ ਨਹੀਂ ਹੈ ਉਹਦੀ ਟੈਕਨੋਲੋਜੀ ਓਲਡ ਹੈ ਸੇਮ ਚੀਜ਼ਾਂ ਹੈ ਬੜੀ ਇੱਕ ਹੋਰੀਬਲ ਸਿਚੁਏਸ਼ਨ ਪਿਕਚਰ ਬਣਦੀ ਜਾ ਰਹੀ ਹੈ ਐਵਰੀ ਵਨ ਸ਼ੁੱਡ ਬੀ ਕੰਸਰਨਡ ਭਾਵੇਂ ਜਿਹੜਾ ਪੰਜਾਬੀ ਕਿਤੇ ਦੂਰ ਦੁਰਾਡੇ ਬਾਹਰ ਵੀ ਬੈਠਾ ਹੈ ਉਹਨਾਂ ਨੂੰ ਵੀ ਕੋਈ ਰਸਤਾ ਕੱਢਣਾ ਚਾਹੁੰਦਾ ਮੈਂ ਤਾਂ ਅੱਗੇ ਵੀ ਤੁਹਾਡੇ ਪ੍ਰੋਗਰਾਮ 'ਤੇ ਦੂਜੇ 'ਤੇ ਵੀ ਕਈ ਵਾਰੀ ਕਹਿੰਦਾ ਕਿ ਅਸੀਂ ਜਿਹੜੇ ਇੱਥੋਂ ਬਾਹਰ ਲੋਕ ਬੈਠੇ ਆ ਚੰਗੀ ਸਾਡੀ ਸਿਚੁਏਸ਼ਨ ਹੈ ਸਾਨੂੰ ਲੋਕਾਂ ਨੂੰ ਅਗਰ ਪੰਜਾਬ 'ਚ ਐਗਰੀਕਲਚਰ ਹੈਗੀ ਹੈ ਉਹਨੂੰ ਡਾਇਵਰਸੀਫਾਈ ਕਰਨ 'ਚ ਮਦਦ ਕਰੀਏ ਔਰ ਉਹਦੇ ਵਿੱਚ ਅਸੀਂ ਇਨਵੈਸਟਮੈਂਟ ਲਾ ਕੇ ਐਗਰੋ ਇੰਡਸਟਰੀ ਯੂਨਿਟ ਅਸੀਂ ਪੰਜਾਬ 'ਚ ਲਾਈਏ ਜਿਉਂ ਜਿਉਂ ਸਾਡੇ ਲੋਕ ਉੱਥੇ ਜਿਹੜਾ ਕੰਮ ਕਰਨਾ ਪਸੰਦ ਕਰਦੇ ਆ ਜਿਹੜੀ ਸਾਡੀ ਲੈਂਡਸਕੇਪ ਠੀਕ ਹੈ ਅਸੀਂ ਉਹਦੇ 'ਚ ਇੰਟਰਸਟ ਲੈ ਕੇ ਔਰ ਉਹਨੂੰ ਅਸੀਂ ਉਹਦੇ 'ਚ ਆਪਣਾ ਹੱਥ ਵਟਾਈਏ ਇਸ ਕਰਕੇ ਵੀ ਜਿਹੜੀ ਆਉਣ ਵਾਲੀ ਸਿਚੁਏਸ਼ਨ ਹੈ ਪੰਜਾਬ ਦੀ ਇਕਨਾਮਿਕ ਲੈਵਲ ਤਾਂ ਬਿਲਕੁਲ ਇੰਪਰੂਵ ਹੋਣਾ ਜ਼ਰੂਰੀ ਹੈ ਜੀ ਬਨਾਲ ਸਾਹਿਬ ਕਿਸੇ ਵੀ ਸਟਰਕਚਰ ਨੂੰ ਸਰਵਾਈਵ ਕਰਨ ਵਾਸਤੇ ਮਿਨੀਮਮ ਇਕਨਾਮਿਕ ਲੈਵਲ ਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਸੀਂ ਟਾਈਮ ਕੱਢਿਆ ਅਤੇ ਆਪਾਂ ਫਿਰ ਕਿਸੇ ਮੁੱਦੇ 'ਤੇ ਫਿਰ ਗੱਲ ਕਰਦੇ ਹਾਂ ਆਪਾਂ ਕੱਲ੍ਹ ਨੂੰ ਅਤੇ ਆਪਦਾ ਪੂਰਾ ਖਿਆਲ ਰੱਖਿਓ ਜੀ ਧੰਨਵਾਦ ਫਿਰ ਤੁਹਾਡੇ ਵਿਚਾਰ ਰੱਖਣ ਵਾਸਤੇ ਹਾਂਜੀ ਥੈਂਕ ਯੂ ਦਰਸ਼ਕੋ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਵਾਈਂਡ ਅਪ ਕਰਦੇ ਹਾਂ ਆਪਦਾ ਪੂਰਾ ਖਿਆਲ ਰੱਖਿਓ ਮੈਂ ਪੋਜ਼ਿਟਿਵ ਨੋਟ 'ਤੇ ਕਰਦਾ ਹੁੰਦਾ ਇੱਕ ਗੱਲ ਅਤੇ ਉਹ ਪੋਜ਼ਿਟਿਵ ਨੋਟ ਇਹ ਹੈ ਕਿ IDPB ਇੰਡੀਅਨ ਤਿੱਬਤ ਬਾਰਡਰ ਪੁਲਿਸ ਦੀ ਇੱਕ ਡਾਕਟਰ ਲੇਡੀ ਜਿਹੜੀ ਆ ਉੱਤਰਾਖੰਡ ਦੇ ਵਿੱਚ ਆਏ ਜਿਹੜਾ
ਟਨਲ ਬਲਾਕੇਜ ਹੋਣਾ, ਗਲੇਸ਼ੀਅਰ ਫਟਣਾ, ਉਹਦੇ ਵਿੱਚ 8 ਮਹੀਨਿਆਂ ਦੀ ਪ੍ਰੈਗਨੈਂਟ ਸੀ, ਫਿਰ ਵੀ ਉਹ ਆਪਦੀ ਡਿਊਟੀ 'ਤੇ ਡਟੀ ਰਹੀ ਅਤੇ ਉਹਨੇ ਬਹੁਤ ਲੋਕਾਂ ਦੀਆਂ ਜਾਨਾਂ ਬਚਾਈਆਂ। ਗੱਲ ਜਜ਼ਬੇ ਦੀ ਹੁੰਦੀ ਹੈ, ਮੈਂ ਪੋਜ਼ਿਟਿਵ ਨੋਟ 'ਤੇ ਤਾਂ ਐਂਡ ਕੀਤਾ। ਆਪਣਾ ਖਿਆਲ ਰੱਖਿਓ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਆਪਾਂ ਮਿਲਦੇ ਹਾਂ ਕੱਲ੍ਹ ਨੂੰ ਫਿਰ ਕਿਸੇ ਨਵੇਂ ਪੱਖ ਦੇ ਮੁੱਦੇ 'ਤੇ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸ਼ਬਾ ਖੈਰ।